ਪੂਰੇ ਚਾਹ ਚੜ ਗਏ ਮਾਤਾ ਨੂੰ ਹੈ ਤੇਰੀ ਭੈਣ ਇਹਨੇ ਲੈ ਕੇ ਕਿੱਥੇ ਕਰੀ ਪਰ ਕੱਦੂ ਚ ਸਭ ਤੋਂ ਜ਼ਿਆਦਾ ਇਹਨੇ ਬੁੱਕਣਾ ਹੀ ਦੇਖੀ ਚੰਗਾ ਕੈਨੇਡਾ ਤੋਂ ਇਹ ਵਾਪਸ ਜਾਂਦਾ ਗੱਲ ਕਰਨੀ ਹੁਣੇ ਕੋਈ ਬੰਦੇ ਮਿਲਣ ਆਏ ਸੀ ਸੈਰ ਸਪਾਟੇ ਤੇ ਹੀ ਆ ਤੁਹਾਨੂੰ ਮੈਂ ਕਹਿ ਦੇਣਾ ਆਰਸੀ ਆਪਣੀ ਗੱਡੀ ਦੀ ਆ ਗਈ ਆ ਕੱਦੂ ਵਾਲੇ ਵੱਲੋਂ ਕੱਢੋ ਉਸ ਤੋਂ ਬਾਅਦ ਆਪਾਂ ਨਾ ਕਰੋ ਕੋਈ ਲੋੜ ਨੀ ਬਾਸ਼ੀ ਕਰਨੀ ਬਸ ਆਪਾਂ ਨੂੰ ਬਾਸ਼ੀ ਮੁੜਾ ਬਣਾ ਹੋ ਗਿਆ ਆ ਜਾਓ ਮਾਈਨਸ ਤੇ ਜਾਣਾ ਸੀ ਮਾਈਨਸ ਤੇ ਮਾਈਨਸ ਲੈ ਤੇ ਕੋਲ ਲਿਫਟ ਨੂੰ ਨਹੀਂ ਰੁਕੀ ਹੈ ਓਏ ਆ ਜਾਓ ਆ ਜਾਓ ਆ ਜਾਓ ਵੈਲਕਮ ਹੈ ਸਰਪੰਚ ਜੀ ਨਹੀਂ ਕਰਦਾ ਪਿੰਡ ਜਾਣ ਨੂੰ ਜਿਹੜੇ ਪੈਰ ਜੀ ਖਿੱਚਦੇ ਨਾ ਪਿੱਛੇ ਨੂੰ ਹੈ ਕੈਨੇਡਾ ਬੈਗ ਦੇਣਾ ਖੜੇ ਜਿੱਦਾਂ ਵਾਪਸ ਨਹੀਂ ਹੋਣਾ ਹੁੰਦਾ ਹੈ ਵੱਧ ਆਉਂਦੀ ਨਾ ਸਮਾਨ ਆ ਗਿਆ ਚੱਲ ਹੈ ਬੋਲ ਮੈਂ ਸਰਦਾਰ ਹੋਰ ਕੋਈ ਸੇਵਾ ਦੱਸ ਹੈ ਹੋਰ ਕੋਈ ਸੇਵਾ ਇਹਨੇ ਲੈ ਕੇ ਕਿੱਥੇ ਹੈ ਗੋਰੀ ਸੈਟਿੰਗ ਹੀ ਕਰਕੇ ਰੱਖਦੇ ਹਾਂ ਇਹਨਾਂ ਕੰਮਾਂ ਨੂੰ ਤੇ ਸਰਪੰਚਾਂ ਤੈਨੂੰ ਲੋਕੀ ਮਿਸ ਕਰਦੇ ਇਹ ਇਲਤੀ ਜਵਾਹ ਕਰਦਾ ਕੁੜੀ ਵਾ ਕੱਢ ਲਾ ਸਮਾਨ ਗੋਰੀ ਵਿੱਚੋਂ ਬਾਹਰ ਬੈਗ ਪਹਿਲਾਂ ਵੱਡੇ ਰੱਖੀਏ ਵਿੱਚ ਪੈਰ ਚੇਂਜ ਕਰ ਲਈਏ ਪੂਰੀ ਆਰਾਮ ਨਾਲ ਖਾਓ ਸਿਆਣੇ ਹੱਥੀ ਸਿਆਣੇ ਹੱਥੀ ਇਹ ਕੁੜੀ ਇਹ ਇਲਤੀ ਜਵਾਹ ਕੇ ਮੈਂ ਗੱਡੀ ਸਟਾਰਟ ਕਰ ਲਾ ਸਿਆਣੇ ਅਸੀਂ ਪੈਕਿੰਗ ਕੀਤੀ ਕੰਮ ਆ ਗਈ ਆ ਨਾ ਹੈ ਉਹ ਤਾਂ ਇੰਨਾ ਸਮਾਨ ਓਏ ਕੀ ਕਰਦਾ ਵਾ ਇੰਪੋਸੀਬਲ ਆ ਗਾ ਜਿਹੜਾ ਕੋਈ ਰਹਿ ਗਿਆ ਮਾੜਾ ਮੋਟਾ ਆ ਤੇ ਚੱਲੀਏ ਆਪਾਂ ਪਾ ਤੇ ਚੱਲ ਯਾਰ ਉਹਨਾਂ ਨੇ ਪਿੰਡ ਵੱਲ ਨੂੰ 7 ਵਜੇ ਤੁਰੇ ਜੇ ਪੂਰੇ 7 8 9 10 10:30 ਤੱਕ ਪਹੁੰਚ ਜਾਣਾ ਆਪਾਂ ਵਧੀਆ ਬੜੇ ਆਰਾਮ ਨਾਲ ਸਰਪੰਚਾ ਜਾ ਕੇ ਥਰ ਦਾ ਕੰਮ ਕਰਾ ਦਿਓ ਆਪਾਂ ਕੱਲ ਹੀ ਆਪਾਂ ਸੋ ਆਪਾਂ ਕੱਦੂ ਵਾਲੇ ਬਲੋਕ ਕੱਢ ਦੇਣਾ ਵਾ ਗੱਡੀ ਦੀ ਇੱਕਦਮ ਹੀ ਚੇਂਜ
ਤਿੰਨ ਦੀ ਐਵਰੇਜ ਤੇ 300 ਕਿਲੋਮੀਟਰ ਚੱਲਣੀ ਆ। ਇੱਕ ਮੈਨੂੰ ਬੰਦੇ ਦਾ ਮੈਸੇਜ ਆ, ਪਤਾ ਨਹੀਂ ਰੂਬੀ ਕੋਲ ਹੈਗੀ ਕਿ ਨਹੀਂ, ਕਹਿੰਦਾ ਸਾਡੀ ਰਾਣੀ ਤੇ 8-8-9 ਦੀ ਦੇਈ ਜਾਂਦੀ ਐਵਰੇਜ ਭਰਾਵਾ। ਤੁਸੀਂ ਲਓ ਵੀਰ ਜੀ ਸਾਡੇ ਵਾਲੀ ਦਿੰਦੀ ਰਾਣੀ। ਹਾਂ ਇਹ ਦੇ ਸਕਦੀ 6-7 ਤੱਕ ਮੰਨ ਸਕਦੇ, 6 ਤੱਕ ਦੇ ਦੂਗੀ, ਬਸ 7 ਤੱਕ ਆਪਣੇ ਸ਼ਹਿਰ ਪਹੁੰਚਣ ਵਾਲੇ ਮੁੰਡੇ। ਮੈਂ ਜਿੱਦਾਂ ਇਹਨਾਂ ਨੂੰ ਕਿਹਾ ਕਿ ਮੈਂ 10:30 ਵਜੇ ਆਪਾਂ ਲੱਗ ਜਾਂਗੇ, 10:00 ਵਜੇ 6 ਮਿੰਟ ਰਹੇ ਆ। ਰਾਹ ਦੇ ਵਿੱਚ ਅਸੀਂ ਇੰਟਰਵਿਊ ਦੇ ਦਿਆ ਲੋਕਾਂ ਦੀਆਂ, ਨੰਨੇ ਹੁਣੀ ਵੇਹਦੇ ਆਏ ਰਾਜ ਹੈ। ਉਹ ਗੁਰੂਆ ਕੀ ਬਣ ਰਿਹਾ ਸੋਸ਼ਲ ਮੀਡੀਆ, ਕੋਈ ਕਿਸੇ ਨੂੰ ਬੋਲਣ ਡਿਆ, ਕੋਈ ਕਿਸੇ ਨੂੰ ਬੋਲਣ ਡਿਆ, ਪਰ ਆਪਾਂ ਵੀ ਜੀ ਐਵੇਂ ਦਾ ਨਵਾਂ ਕੀ, ਆਪਾਂ ਤਾਂ ਡਿੱਗ ਗਏ ਹਾਂ। ਆਪਾਂ ਉਹਨਾਂ ਦੀ ਸੁਣ ਲਈ, ਉਹਨਾਂ ਨੂੰ ਸੁਣ ਲਈ, ਫਿਰ ਬਹਿ ਕੇ ਆਪਾਂ ਨੇ ਜੋੜ ਕੱਢ ਲਈ ਆ ਕਿਹੜਾ ਗਲਤ ਕਿਹੜਾ ਸਹੀ ਆ। ਆਪਾਂ ਕਿਹਨੂੰ ਕਹਿ ਸਕਦੇ ਨਹੀਂ ਕੁਝ, ਹੈ ਨਾ। ਅਤੇ ਪਰ ਜ਼ਿਆਦਾ ਮਸਲਿਆਂ ਦੇ ਵਿੱਚ ਜਿਹੜਾ ਨਿਚੋੜ ਨਹੀਂ ਹੋ ਗਿਆ ਸਾਹਮਣੇ, ਕਿ ਜਿੰਨਾ ਚਿਰ ਤੱਕ ਅਤੇ ਬਾਅਦ 'ਚ ਭੌਂਕਣ ਡਿਆ ਪੀਂਦੇ ਆ, ਸਮਝ ਨਾ ਆ ਜਾਵੇ। ਜਿੰਨਾ ਚਿਰ ਲੋੜ ਆ, ਇੱਛਾ ਪੂਰੀ ਹੋਣ ਡੀ ਆ, ਬੰਦਾ ਚੰਗਾ ਆ। ਜਦੋਂ ਇੱਛਾ ਨਹੀਂ ਪੂਰੀ ਨਹੀਂ, ਫਿਰ ਬਸ ਠੀਕ ਹੈ। ਦੱਸ ਗੋਰੀ ਜਿੰਮ ਲਾ ਲਈਏ, ਜਿੰਮ ਹੈ ਤੁਸੀਂ ਸ਼ਾਮਲ ਲਾ ਲਿਆ, ਮੈਂ ਤੇ ਗੁਰੂ ਵੀਰ ਕਾਹੜੀ ਕਰ ਰਹੀ ਹਾਂ। ਗਰਮੀ ਝੱਲੂਗੇ ਪਰ ਬਾਹਰ ਨਾ ਘੱਲੇ ਹੁਣ, ਮੈਨੂੰ ਬਾਹਰ ਵਾਲਾ ਮੌਸਮ ਨੀ ਚੱਲ ਸਕਦਾ। ਆਂਦਾ ਗਰਮੀ ਝੱਲੂ ਪਰ ਬਾਹਰ ਵਾਲਾ ਮੌਲ ਨੀ ਜਾਏਗਾ ਹੁਣ, ਆਉਂਦਾ ਨਹੀਂ ਵਰਕਆਊਟ। ਗਰਮੀ ਹੈ, ਗਰਮੀ ਚਾਹੀਦੀ ਸਰਪੰਚ ਇੱਥੇ, ਮੋਟਰ ਚੱਲਣ ਦੀ ਜਾ ਕੇ ਨਹਾਈਏ। ਪਰ ਇੱਕ ਕੰਮ ਕਰਿਓ, ਤੁਹਾਨੂੰ ਉਹਦਾ ਥਾਂ ਦਾ ਕੰਮ ਕਰਾ ਲਓ ਅੱਜ। ਕਿਉਂ ਗੁਰੀ ਵੀਰ? ਹਾਂਜੀ ਹਾਂਜੀ ਹਾਂਜੀ, ਨਹੀਂ ਗਰਮੀ ਨਾ ਨਹੀਂ ਪਤਾ ਨਾ ਲੱਗਣ ਦਾ ਕੀ ਬੋਲਣਾ ਤੇ ਕੀ ਨਹੀਂ। ਗਰਮੀ ਬਹੁਤ ਜ਼ਿਆਦਾ ਮਿੱਤਰੋ, ਐਸੇ ਕਰਕੇ ਮੈਂ ਸੋਚਦਾ ਕਿ ਮਹੀਨਾ ਘੁਮਾਲੀ ਹੋਰ ਲਾ ਲਈਏ, ਪਰ ਨਹੀਂ ਤੁਸੀਂ ਮੰਨਦੇ ਨਹੀਂ ਜੀ। ਤੁਸੀਂ ਕਹਿੰਦੇ ਸਾਨੂੰ ਲੋ ਵੀ ਪਿੰਡ ਲੈ ਚਾਹੀਦੇ ਆ, ਇੱਧਰ ਬੁਲੇ ਹਾਲ ਹੋਏ ਪਏ, ਬੁਲੇ ਹਾਲ ਬੱਤੀਆਂ ਬੰਦ ਆ, ਇਨਵੇਟਰਾਂ ਥੱਲੇ ਪੱਖੇ ਚੱਲਣ ਡੇ, ਉਹਦੇ ਨਾਲ ਅਸੀਂ ਜਿੰਮ ਲਾਉਣ ਡੇ ਹਾਂ। ਬੰਦੇ ਸਾਡੇ ਮੰਨਦੇ ਨਹੀਂ, ਕਹਿੰਦੇ ਕਾਰਡੀਓ ਕਰਨੀ ਕਰਨੀ, ਕਰ ਲਓ ਕਾਰਡੀਓ। ਐਂ ਜਲੂਸ ਲਿਆ ਕਰੂਗਾ ਸਰੀਰ ਦਾ, ਬਾਹਲੀ ਜਿਹੜੀ ਸਰਪੰਚ ਇੱਦਾਂ ਮੁੜ ਕੇ ਨਿਕਲਣਾ ਚਾਹੀਦਾ ਵੈ ਸਰੀਰ 'ਚੋਂ। ਸਪਰਿੰਟ ਵਾਲਾ ਕੰਮ ਸ਼ੁਰੂ ਕਰਦੇ ਹਾਂ, ਪਿੰਡ ਵਾਲਾ ਸ਼ਡਿਊਲ ਬੜਾ ਸੋਹਣਾ, ਫਿਰ ਕੋਈ ਨਾ ਕੋਈ ਕੰਮ ਪੈ ਜਾਂਦਾ ਚੰਡੀਗੜ੍ਹ, ਕੰਮ ਕਾਹਦਾ ਵਾ, ਸੈਰ ਸਪਾਟੇ ਚੰਡੀਗੜ੍ਹ। ਹੈਂ ਗੱਲ ਕਹਿਦੀ ਕਿ ਉੱਥੇ ਨਾ, ਉੱਥੇ ਦਾ ਸ਼ਡਿਊਲ ਉੱਥੋਂ ਦਾ ਵਾ, ਹੈ ਨਾ, ਜੇ ਵੇਖਿਆ ਜਾਵੇ ਨਾ ਉੱਥੇ ਜ਼ਿਆਦਾ ਸੋਹਣਾ ਸ਼ਡਿਊਲ ਬਣਦਾ ਚੰਡੀਗੜ੍ਹ ਜੇ ਬਣਾਉਣਾ ਚਾਹੇ ਬੰਦਾ, ਕਿਉਂਕਿ ਇੱਥੇ ਡਾਇਟ ਬੜੀ ਪ੍ਰੋਪਰ ਮਿਲ ਜਾਂਦੀ, ਹੈ ਨਾ, ਜਿਵੇਂ ਜੇ ਆਪਾਂ ਖਾਣੇ ਚਿਕਨ ਬ੍ਰੈਸਟ ਦੂਜਾ ਤੀਜਾ, ਇੱਥੇ ਸਾਨੂੰ ਉਹ ਚੀਜ਼ਾਂ ਖਾਣ ਪੀਣ ਲਈ ਦੂਰ ਜਾਣਾ ਪੈਂਦਾ, ਉੱਥੇ ਨਵੇਂ ਚੀਜ਼ਾਂ ਸੁੱਖ ਹੈਗਾ ਵੈ। ਨਾ ਗੋਰੀ ਵਾਰਮ ਅਪ ਨਹੀਂ ਕੀਤਾ, ਤਾਂ ਮਸਲ ਮੁਸਲਾ ਖਿੱਚਿਆ ਜਾਵੇ, ਇਹਨਾਂ ਸਾਰਿਆਂ ਕਿ ਮੰਮਾ ਹੀ ਪਰਾਂ ਚੱਲ ਜਾਵੇ ਬਾਈ ਤੇਰਾ, ਦਾਦਾ ਨਹੀਂ ਖਿੱਚ ਖੁੱਚ ਪੈਦਾ ਕੁੜੀ ਹੋਵੇ। ਹੈਂ ਕੀ ਲੈਣਾ? ਸਪਲੀਮੈਂਟ ਲਿਆ ਦਾਂ, ਕੋਈ ਨਹੀਂ ਜਿੰਮ ਲਾ ਥੋੜ੍ਹਾ ਜਿਹਾ, ਕੋਈ ਗੱਲ ਨਹੀਂ, ਤਗੜਾ ਸਰੀਰ ਦੇ ਮਾੜਾ ਨਹੀਂ ਹੋਇਆ। ਚੱਲੀਏ ਘਰ ਨੂੰ, ਭੁੱਖ ਥੋੜ੍ਹੀ ਲੱਗੀ, ਨਾਲ ਦੇ ਬੰਦੇ ਸਾਡੇ ਮੋਟਰ 'ਤੇ ਨਹਾਉਣ ਡੇ ਆ, ਸਾਡਾ ਤਾਂ ਪਹਿਲਾਂ ਜੀ ਕੀਤਾ ਕਿ ਸਿੱਧੀ ਗੱਡੀ ਮੋਟਰ ਨੂੰ ਖਿੱਚ ਦਈਏ, ਪਰ ਗੱਲ ਕਰੀਏ ਭੁੱਖ ਬਹੁਤ ਜ਼ਿਆਦਾ ਲੱਗੀ ਆ, ਬੇਅੰਤ ਵਾਲੀ ਭੁੱਖ ਲੱਗਣ ਦਾ ਕਰਕੇ। ਮੂਰਖਾ ਮੂਰਖਾ ਵਜਿਆ ਨੀ, ਬਹਿ ਜਾ ਕਰੋ, ਗਾਲੀ ਕਰਦੀ ਭੈਣ ਚੋਤੀ, ਜਾਂ ਸੌਖੀਆਂ ਬਣਦੀਆਂ।
ਮਾੜੀ ਗੱਲ ਯਾਰ ਉਹ ਭਰਾ ਮੋਟਰ ਤੇ ਨਹਾਉਣ ਡੇ ਫੁੱਲ ਬਾਸੀ ਕਰਨ ਡੇ ਬਾਬਾ ਵਿਛਾਏ ਉਹਨਾਂ ਨੇ ਉਹ ਤਿੰਨ ਚਾਰ ਜਣੇ ਰਲੇ ਹੀ ਮੇਰਾ ਇਰਾਦਾ ਪਹਿਲਾਂ ਸਿੱਧਾ ਮੋਟਰ ਤੇ ਚੱਲੀਏ ਫਿਰ ਮੈਂ ਸੋਚਿਆ ਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਪਹਿਲਾਂ ਘਰੋਂ ਕੁਝ ਖਾ ਪੀ ਲਈ ਹੈ ਅਤੇ ਤੁਸੀਂ ਥਾਰ ਦਾ ਕੰਮ ਕਰਾਉਣਾ ਇਹ ਤਾਂ ਮੇਰਾ ਕੰਮ ਅੱਜ ਨਿਬੜ ਗਿਆ ਵਾ ਸ਼ਾਹ ਕਹਿੰਦਾ ਕਿ ਮੈਂ ਗਿਆ ਪਠਾਨਕੋਟ ਬੰਬਰ ਕੱਲ੍ਹ ਸਵੇਰੇ ਪਾਊਂਗਾ ਤੁਹਾਡੀ ਜੁੰਮੇ ਦੀ ਥਾਰ ਦੀ ਜੇ ਤੁਸੀਂ ਵੇਖ ਲਗਵਾਉਂਦੇ ਅੱਜ ਕਰਾ ਲਿਓ ਭਾਵੇਂ ਕੱਲ੍ਹ ਕਰਾ ਲਿਓ ਇਹ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ ਜੀ ਉਹ ਤੋਂ ਬਿਨਾਂ ਥਾਰ ਕੱਦੂ 'ਚ ਨਹੀਂ ਵੜਨੀ ਜਿੰਨਾ ਚਿਰ ਤੱਕ ਰੇਡੀਟਰ ਨਾ ਸਾਫ਼ ਹੋਇਆ ਮੈਂ ਦੱਸਣਾ ਦਿਨਾਂ ਬਾਅਦ ਆਏ ਹਾਂ ਅਤੇ ਮੈਨੂੰ ਤਾਂ ਲੱਗਣਾ ਮੈਂ ਮਹੀਨੇ ਬਾਅਦ ਆਇਆ ਤਾਂ ਸਰਪੰਚ ਮਹੀਨੇ ਬਾਅਦ ਹੀ ਆਇਆ ਉਹ ਤਾਂ ਸਰਪੰਚ ਕਹਿੰਦਾ ਮੈਂ ਸਾਲ ਬਾਅਦ ਆਇਆ ਹੈ ਸਰਪੰਚ ਹੈ ਉਹ ਉੱਧਰ ਵੇਖ ਗੁਰਾ ਮੋਟਰ 'ਤੇ ਕਿੱਦਾਂ ਰੌਣਕ ਲਾਈ ਉੱਧਰੇ ਮੁਲਕ ਨੇ ਓਹੋ ਹੋ ਹੋ ਗੱਡੀ ਫਿਰ ਡਾਂਡੇ ਮਿੰਡੇ ਜਾਊਗੀ ਮੋਟਰ ਨੂੰ ਵਿਜੇ ਵਿੱਚ ਜਾਊਗੀ ਹੈ ਲੈ ਮਿੱਤਰੋ ਵੱਢ ਹੋ ਗਏ ਜੇ ਵਿਹਲੇ ਵਿਹਲੇ ਜੇ ਵੱਢਦੇ ਹੋਣਾ ਵਾ ਕਦੋਂ ਵਾਲੇ ਵਲੋਗ ਇਹਨਾਂ ਦੇ ਵਿੱਚ ਬਣਾਵਾਂ ਕਿਤੇ ਖਾਨੂੰ ਗੱਲਾਂ ਕਰਾਵਾਂਗੇ ਓਏ ਹੋਏ 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 ਗੱਡੀ ਸਾਲਾ ਮਾਰਦੀ ਕਹਿੰਦੀ ਮੈਨੂੰ ਪੇਛੂ ਵਾੜ ਦੇ ਖੈ ਮੁਖੇ ਵਾਲੀ ਫੈਲੀ ਤੇ ਬੁਗੀਆ ਰੁਕ ਜਾ ਤੇਰਾ ਬੰਪਰ ਫੁਆ ਕੇ ਤੈਨੂੰ ਫਿਰ ਪੇਛੂ ਵਾੜਾਂਗੇ ਵੀ ਮਿੱਤਰ ਕਹਿੰਦੇ ਪਹੁੰਚ ਗਏ ਸਾਰ ਹੋਣੀ ਘਰੇ ਕੋਕੋ ਵੀ ਆਉਂਦਾ ਹੋਣਾ ਉੱਧਰ ਵੇ ਜੱਫੀਆਂ ਵੇ ਪੈਂਦੀਆਂ ਹਾਏ ਹਾਏ ਬੀਬੀ ਸਾਡੀ ਖੁਸ਼ ਹੋ ਗਈ ਵੇ ਬੀਬੀ ਸਾਡੀ ਪੂਰੀ ਖੁਸ਼ ਹੋ ਗਈ ਪੂਰੀ ਉੱਧਰੇ ਵੇ ਪੂਰੇ ਚਾਂ ਚੜ ਗਏ ਮਾਤਾ ਨੂੰ ਹੈ ਪੈਂਥਰ ਨੇ ਦਾਹ ਮਾਰ ਜੇ ਲੱਗੇ ਬਾਹਰ ਦਾ ਵੇਖੀ ਪੈਂਥਰ ਗਿਆ 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 ਵੇ ਇਹਨੂੰ ਇਹ ਹੁੰਦਾ ਕਿ ਮੈਂ ਕਦੋਂ ਬਾਹਰ ਜਾਵਾਂ ਹੈ ਕਦੋਂ ਗੇਟ ਖੁੱਲ੍ਹੇ ਤੇ ਮੈਂ ਗੋਲੀ ਆਵਾਂ ਬਾਹਰ ਲੈ ਕੱਪੜੇ ਸਾਰੇ ਲਪੇਟ ਤੇ ਆਉਂਦੇ ਹੈ ਵੇ ਆਹ ਕਿਹੜਾ ਖੁਸ਼ ਹੋਇਆ ਜੀ ਹਾਂ ਲੈ 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 ਹੈ ਇੱਧਰ ਵੇ ਚਾਹ ਵੇ ਜਿਹੜੇ ਇੱਧਰ ਵੇ ਚਾਹ ਵੇ ਜਿਹੜੇ ਇਹਨੂੰ ਵੇ ਹੈ ਹਾਂ ਚਲੀ ਮੋਟਰ ਤੈਨੂੰ ਵਗ ਲਿਆਵਾਂ ਤੈਨੂੰ ਵੇ ਹੈ ਹੋਰ ਮਾਤਾ ਠੀਕ ਠਾਕ ਹੈ ਪਰੌਂਠੇ ਮਿਸ ਕਰਨ ਡੇ ਤੇਰੇ ਮਾਤਾ ਘਰ ਜਾਂਦੇ ਪਰੌਂਠੇ ਖਾਣੇ ਪਹਿਲਾਂ ਤੇ ਹੈ ਕਦਨ ਤਾਂ ਯੋਟਾਇਆ ਨੂੰ ਤਾਂ ਮੇਲਾ ਮੈਂ ਤਾਂ ਇੱਥੇ ਆ ਹੈ ਕੀ ਆ ਹਾਏ 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 ਕਪਾਤ ਹੁੰਦੀ ਪੂਰੀ ਪੂਰੀ ਤਿਆਰੀ ਲੈ ਪ੍ਰਧਾਨ ਉਹ ਕਿੱਦਾਂ ਮੇਰਾ ਪੁੱਤ ਕੀ ਉਹ ਕਿੱਥੇ ਕਿੱਦਾਂ ਕਿੱਦਾਂ ਮੇਰਾ ਪੁੱਤ ਆਪਾਂ ਏਸੀ ਕਿਉਂ ਨੀ ਪੀਂਦੇ ਆਪਾਂ ਕਾਹਦੇ ਲਈ ਏਸੀ ਲਾ ਕੇ ਤੁਹਾਨੂੰ ਉੱਥੇ ਕਿਉਂ ਨੀ ਪੀਂਦੇ ਆਪਾਂ ਹੈਂ ਏਸੀ ਕਿਉਂ ਨੀ ਪੀਂਦੇ ਆਪਾਂ ਦੱਸੋ ਚੰਗਾ ਪੜਾਓ ਕਮਰਾ ਤੁਹਾਨੂੰ ਏਸੀ ਵਾਲਾ ਦਿੱਤਾ ਕਰਕੇ ਸੈਟਲ ਕਿਉਂ ਕਿਉਂ ਨੀ ਪੀਂਦੇ ਆਪਾਂ ਉੱਥੇ ਹੈ ਓਏ ਦੱਸਦਾ ਨੀ ਹੈ ਕਹਿੰਦੇ ਮੁੰਡਾ ਨੇ ਆਉਂਦੇ ਮਤ ਇਹਦੀ ਰੋਟੀਆਂ ਨੂੰ ਹੋ ਭਰਾਵਾ ਲੈ 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 ਵੀ ਇੱਧਰ ਚੁੱਭ ਵੀ ਡਿਆ ਪਿਆ ਨਾਲ ਮੇਰੇ ਬਰਾਬਰ ਤੇ ਲੈ ਇਹ ਕਾਹ ਡਿਆ ਪਿਆ ਨਾਲ ਮੇਰੇ ਕੁੜੀਆਂ ਤੈਨੂੰ ਪਹਿਣ ਦੇਦਾ ਓਏ ਟਾਂਡੇ ਬਣਾ ਜਿਸ ਤਰ੍ਹਾਂ ਤੁਰੇ ਡਾਂਡੇ ਮੀਂਡੇ ਜੀ ਚਾਚੜੇ ਪੈ ਵੇ
ਐਂਦੀ ਆ ਜਾਓ ਟੱਪ ਜਾ ਵੇ ਆਵੇ ਆ ਵੀ ਮਰਾਏ ਆ ਵੀ ਮਰਾ ਲਿਓ ਆ ਵੀ ਮਰਾ ਲਿਆ ਕੋਈ ਗੱਲ ਨਹੀਂ ਆ ਗੁਰੂਆ ਉਹ ਵਾਈ ਵੀ ਮਰ ਗਈ ਇੱਥੇ ਹਰਿਆਲੀ ਹਰਿਆਲੀ ਹੈ ਨਾ ਮਕਈ ਜੀ ਦੀ ਗੁਰੂਆ ਆ ਤੇ ਓਹੋ ਓਮ ਫੋ ਤਿੰਨ ਰੰਗ ਦੀਦੇ ਆ ਹੈ ਸਹੀ ਗੱਲ ਹਰਿਆ ਮਿੱਟੀ ਰੰਗਾ ਤੇ ਟਾਂਡਿਆ ਖੱਟਾ ਸਹੀ ਗੱਲ ਆ ਵੀਰਾ ਨਹੀਂ ਸੀ ਸਪੰਜਾ ਤੂੰ ਚੱਲ ਤੂੰ ਬਾਹਰ ਸੀ ਨਾ ਬੜੀ ਬਾਈ ਜੀ ਇੱਥੇ ਸਿਰੇ ਚੱਲ ਹੁਣ ਇਹ ਚੱਲੀ ਜਾਣਾ ਫਿਰ ਤੂੰ ਤਾਂ ਕਹਿਣ ਡਿਆ ਮੈਂ ਨੀਲਾ ਫੀਲਿੰਗ ਜਿਹੜੀ ਲੈਣੀ ਹੈ ਮਹੀਨਾ ਤੋਂ ਮਹੀਨੇ ਉੰਨੀ ਸਨੈਪਚੈਟ ਤੇ ਮੈਂ ਸਟੋਰੀ ਨਹੀਂ ਪਾਈ ਆ ਭੈਣ ਮੈਨੂੰ ਵੀਰ ਦਾ ਮੈਸੇਜ ਆਇਆ ਕਹਿੰਦਾ ਚੰਗਾ ਕਿ ਆਇਆ ਸੀ ਗੁਰੂਆ ਹੈ ਕੈਨੇਡਾ ਦੀ ਮਾਂ ਭੈਣ ਕਰਦੇ ਹੁੰਦੇ ਨੇ ਹਾਂ ਡੱਬੇ 'ਚ ਪਾਸਪੋਰਟ ਪਾ ਕੇ ਨਾ ਹਾਂ ਪੂਰੀ ਪੰਜ ਸਾਲਾਂ ਬਾਅਦ ਆਇਆ ਸਾਰੇ ਕਿਤੇ ਜੱਫੀਆਂ ਪਾਉਣ ਦੇ ਠੀਕ ਠਾਕ ਸਾਡੇ ਬੇੜਾ ਤੇਰਾ ਕਿੱਦਾਂ ਕਿੱਦਾਂ ਲੱਗਾ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਨਹੀਂ ਨਹੀਂ ਕਿੱਦਾਂ ਤੇਰੇ ਕਿੰਨੇ ਦਿਨ ਤੇਰੇ ਸੱਤ ਅੱਠ ਕਿੱਦਾਂ ਲੰਘੇ ਤੇਰੇ ਓ ਬੱਲਾ ਮੋਟਰ ਤੇ ਕਿਹੜੀ ਦਵਾਈ ਦਵਾ ਦੇ ਕਿਧਰ ਅੱਛਾ ਠੀਕ ਹੈ ਸੂਤਰ ਕਰ ਦਿੰਦੇ ਕੋਈ ਨੀ ਆ ਗਏ ਸੂਤਰ ਕਰ ਦਿੰਦੇ ਇਹ ਕਿਹੜੀ ਗੱਲ ਕੀਤੀ ਹੈ ਆਵਾਜ਼ ਕਰਾ ਤੂੰ ਰੰਗ ਖੱਟਾ ਕਰੀ ਬੈਠਾ ਸੰਗ ਦਾ ਸੰਗ ਦਾ ਕੇਲੇ ਮੁੱਕੇ ਆਉਂਦੇ ਗਰਮੀ ਚਲੀ ਗੱਲ ਤੇ ਕੇਲੇ ਨੀ ਕੇਲੇ ਲਿਆਉਂਦੇ ਫਰੂਟ ਇਹ ਜਾ ਲੈ ਕੇ ਆ ਤੈਨੂੰ ਜਾਣਾ ਪੈਣਾ ਵਾ ਸੇਵਾ ਤੈਨੂੰ ਨਿਭਾਉਣੀ ਪੈਂਦੀ ਨੋਟਸ ਲਿਖ ਕੇ ਲੈ ਜਾ 5 ਕਿਲੋ ਸੇਬ ਆ ਦਵਾਣਾ ਜੀ 2 5 ਕਿਲੋ ਵਾਲੇ ਸ਼ੇਰੇ ਠੀਕ ਹੈ ਪਪੀਤਾ 1 ਕਿਲੋ ਪਪੀਤਾ ਕੋਈ ਖਾਂਦਾ ਨਹੀਂ ਭਾਵੇਂ ਜੇ ਕੱਚਾ ਹੋਇਆ ਫਿਰ ਨਾ ਲੈ ਦਵਾਣੇ 2 ਮਤਲਬ ਕਿ 5 5 ਕਿਲੋ 4 4 ਕਿਲੋ ਦੇ ਹੋਣੇ ਉਹ ਲੈ ਆਂਡਿਆਂ ਦੀ ਟਰੇ ਆ ਅਤੇ ਪ੍ਰੋਟੀਨ ਬਾਰ ਲਈ ਚੋਕਲੇਟਾਂ ਅਤੇ ਸਬਜ਼ੀਆਂ ਸ਼ੇਰੇ ਖੀਰੇ ਤਰਾਂ ਅਤੇ ਗਾਜਰਾਂ 3 ਚੀਜ਼ਾਂ ਆ ਜਾਓ 36 ਮਿੰਟ ਮੰਡੀ ਸ਼ੋਭਰਾਂ ਨੇ ਕੱਢ ਲਈਆਂ ਗੱਡੀਆਂ ਥਾਰ ਦਾ ਕੰਮ ਤਾਂ ਕਰਾ ਕੇ ਲਿਆ ਰੂਬੀ ਗਾਉਣ ਦਾ ਕੱਲ੍ਹ ਨੂੰ ਕਰਾ ਲਾਂਗੇ ਸਰਪੰਚ ਨਾ ਆਉਂਦੇ ਆ ਸਾਂਭੀ ਜ਼ਿੰਮੇਵਾਰੀ ਹੈ ਇਹਨਾਂ ਕੰਮਾਂ ਨੂੰ ਸ਼ੇਰ ਆ ਨਾ ਇੱਕ ਵਾਹੀ ਨੂੰ ਇੱਕ ਗੱਡੀਆਂ ਗੁੱਡੀਆਂ ਵਾਲੇ ਕੰਮਾਂ ਕੰਮਾਂ ਨੂੰ ਹਾਂ ਚੱਲੇ ਜੇ ਜਾਓ ਫਿਰ ਜੇ ਗੱਡੀ ਲਾਉਣੀ ਪਈ ਨਾ ਇੱਥੇ ਫਿਰ ਫੋਨ ਕਰ ਦਿਓ ਸ਼ੇਰੇ ਹੋਣੀ ਜਨਾਲੇ ਆ ਤੁਹਾਨੂੰ ਲੈ ਆਉਣਗੇ ਠੀਕ ਆ ਉਹਨੂੰ ਕਿ ਰੇਡੀਏਟਰ ਸਾਫ਼ ਕਰਨਾ ਵਾ ਜੇ ਸਾਫ਼ ਹੁੰਦਾ ਆ ਠੀਕ ਆ ਜੇ ਨਵਾਂ ਪੈਣਾ ਤਾਂ ਵੀ ਨਵਾਂ ਪਵਾ ਦਿਓ ਪੁੱਛ ਕੇ ਮੇਰੀ ਗੱਲ ਸਾਫ਼ ਕਰਾ ਕੇ ਕੂਲੈਂਟ ਪਵਾ ਕੇ ਮੇਰੇ ਸਾਨੂੰ ਉਦਾਂ ਸਹੀ ਹੋ ਜਾਣਾ ਕਿਉਂਕਿ ਪਾਣੀ ਪਾਉਂਦੇ ਰਹਿਣਾ ਆਪਾਂ ਵਿੱਚ ਲੀਕ ਨਹੀਂ ਆ ਹਾਂ ਉਹ ਕੇਕ ਚੈੱਕ ਕਰਾ ਲਿਓ ਇੱਧਰ ਆ ਧਿਆਨ ਕਮਰੇ 'ਚ ਕਿੱਦਾਂ ਫਿਰ ਕਿੱਦਾਂ ਫਿਰ ਲੱਗ ਗਿਆ ਗਰਮੀ ਲੱਗਦੀ ਹੈ
ਲੈ ਵੀ ਇਹਨੂੰ ਕੋਈ ਮਤਲਬ ਨਹੀਂ ਆ, ਇਹ ਲਾਡੀਆਂ ਦੇ ਭੁੱਖੇ ਹੁੰਦੇ ਵਿਚਾਰੇ, ਬਸ ਜਾਂ ਲੜ ਕਰੋ ਇਹਨਾਂ ਨੇ ਵੱਧ ਤੋਂ ਵੱਧ, ਜਾਂ ਫਿਰ ਇਹਨਾਂ ਨੂੰ ਰੋਟੀ ਪਾ ਦਿਓ, ਹੈ ਨਾ, ਹੋਰ ਇਹਨਾਂ ਨੇ ਕੋਈ ਮਤਲਬ ਨਹੀਂ ਹੈ ਨਾ। ਇੱਦਾਂ ਅੱਜ ਦੇ ਟਾਈਮ ਦੇ ਵਿੱਚ ਮੁਲਖ ਨੂੰ ਸਟੋਰੀਆਂ ਦੇ ਨਾਲ ਆ, ਵੀਡੀਓ ਨਾਲ ਆ, ਫੋਟੋਆਂ ਨਾਲ ਆ, ਗੱਡੀਆਂ ਨਾਲ ਆ, ਪੈਸੇ ਧੇਲਿਆਂ ਨਾਲ ਆ, ਹੈ ਨਾ, ਇਹਨਾਂ ਨੂੰ ਕੋਈ ਲੜ ਦੇਣਾ ਨਹੀਂ। ਤਾਂ ਹੀ ਮੈਂ ਤਿੰਨ ਰੱਖੇ, ਦੋ ਤਿੰਨ ਮੈਂ ਹੋਰ ਲੈ ਆਉਣੇ ਆ, ਬਾਕੀ ਮੇਰੇ ਯਾਰ ਦੋਸਤ ਜਿਹੜੇ ਮੇਰੇ ਨਾਲ ਹੈਗੇ ਜਿੰਨੇ ਵੀ ਸਾਰੇ ਘੈਂਟ ਆ, ਸਾਡਾ ਜੀ ਲੱਗਾ ਰਹਿੰਦਾ। ਕਿਉਂ ਭਾਈ ਇੱਦਾਂ ਹੀ ਕੋਈ ਮਤਲਬ ਨਹੀਂ ਆਪਣਾ, ਬੜਾ ਠਲਾਉਣਾ ਗੋਦੀ ਜੀ ਪਾਲਿਆ ਇੰਨੀ ਜੀ ਕੁਛ ਆਪਾਂ ਕੀ ਕੋਕੀ ਕੋਕੀ ਮੁਬਾਰਕਾਂ ਹੁਣ ਸ਼ੇਰੇ ਫੋੜਿਆ ਗਿਆ ਜੀ, ਫੋੜਿਆ ਸਾਨੂੰ ਨਾ ਕਮੈਂਟ ਹੀ ਆ ਜਾਂਦੇ ਆ, ਸਾਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਬਸ ਸਾਡੇ ਨੰਬਰ ਫੜਾਉਣ ਦੇ, ਤੁਹਾਡੀ ਕੋਲ ਤੁਸੀਂ ਭੱਜ ਨੀ ਸਕਦੇ ਪਿੰਕ ਸੂਟ ਪਾਇਆ ਅਗਲੀ ਨੇ, ਨੈਟਫਲਿਕਸ ਵੇਖਣਾ ਸ਼ੁਰੂ ਕੀਤਾ, ਜਦੋਂ ਵੀਡੀਓ ਕਾਲ ਤੇ ਲੱਗ ਗਿਆ ਮੈਂ ਨੈਟਫਲਿਕਸ ਕੀਤਾ ਬੈਕ ਕੀਤਾ ਕੈਮਰਾ ਤੇ ਮੈਂ ਸ਼ੇਰਾ ਵਿਖਾਤਾ, ਅੰਫੋ ਗਰਮੀ ਬੜੀ ਜੀ ਕੁੜੀ, ਧਿਆਨ ਨਾ ਬੱਚੋ ਜਿੰਨਾ ਬਚਿਆ ਜਾਂਦਾ ਜੀ ਇੰਟਰਵਿਊ, ਸਾਰੀਆਂ ਇੰਟਰਵਿਊ ਬੜੀਆਂ ਆਉਂਦੀਆਂ ਅੱਜ ਕੱਲ੍ਹ, ਇੰਟਰਵਿਊ ਬੜੀਆਂ ਆਉਂਦੀਆਂ ਦੱਸਾਂ, ਬਚ ਕੇ ਰਹੋ, ਬਚ ਕੇ ਰਹੇ, ਤੁਹਾਡੀ ਮੰਮਾ ਕਿਹੋ ਜਿਹੀ ਹੋਣੀ ਪਤਾ ਨਹੀਂ, ਲੋਕਾਂ ਨੂੰ ਪਤਾ ਤੇਰੀ ਆਈ ਸੀ ਨੀਂਦਾਂ ਨੂੰਦਾਂ ਕਰ ਲਈਆਂ ਪੂਰੀਆਂ ਯਾਰਾਂ ਨੇ, ਮੌਸਮ ਚੈੱਕ ਕਰੋ ਤੁਸੀਂ ਸ਼ਾਮਾਂ ਵਾਲਾ, ਮੌਸਮ ਹੋਇਆ ਪਿਆ ਜੇ ਕਾਹਨੂੰ ਗੱਲਾਂ ਵਾਲਾ ਜੇ, ਪੰਜਾਬ ਪੰਜਾਬ ਆ ਸਰਪੰਚ ਹੋਣੀ ਐਵੇਂ ਤੇ ਨੀ ਭਾਈ ਦੇ ਉੱਥੋਂ, ਮਾਹੌਲ ਚੈੱਕ ਕਰੋ ਤੁਸੀਂ ਇੱਧਰ, ਹੈ ਸਰਪੰਚ ਹੋਣੀ ਗਿਆ ਥਾਰ ਲੈਣ, ਜਨਿਆਲੇ ਕਹਿੰਦੇ ਬਣ ਗਈ ਆ, ਤਾਂ ਮੈਂ ਕਿਹਾ ਬਈ ਲੈ ਉਹ ਫਿਰ ਤੁਸੀਂ, ਮੈਂ ਤਾਂ ਸੁੱਤਾ ਉੱਠਿਆ ਤਾਂ ਮੈਂ ਉੱਠ ਕੇ ਕੀਤਾ ਗੁਰੀਵੀਰ ਨੂੰ ਫੋਨ, ਮੈਂ ਕਿੱਥੇ ਜੇ ਆਓ ਗ੍ਰੀਨ ਟੀ ਪਿਆਵਾਂ ਤੁਹਾਨੂੰ, ਕਹਿੰਦੇ ਬਾਈ ਅਸੀਂ ਤਾਂ ਜਨਿਆਲੇ ਗਏ ਥਾਰ ਲੈਣ। ਇੱਧਰ ਗੋਰੀ ਆਪਣੇ ਵੱਡੇ ਭਰਾ ਦੀ ਪੂਰੀ ਸੇਵਾ ਕਰਦਾ ਆ, ਗੋਰੀ ਮੈਨੂੰ ਇੱਕ ਦਿਨ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਸਾਨੂੰ ਨਾ ਰੱਖ ਲਾ, ਅਸੀਂ ਵੀ ਗੋਰੀ ਨੂੰ ਗੱਡੀਆਂ ਧੋਦਿਆ ਕਰਾਂਗੇ, ਮੈਂ ਫੁੱਦੂ ਆ ਮੇਰੇ ਭਰਾ ਆ, ਉਹ ਗੱਡੀਆਂ ਧੋਣ ਨੂੰ ਰੱਖੇ, ਉਹ ਤਾਂ ਅਸੀਂ ਕੰਮ ਵੰਡੇ ਹੁੰਦੇ ਆ ਕੂਸੇ ਚਾਰ ਜ਼ਮਾਨੇ ਦੇ, ਕਿ ਜੇ ਮੈਂ ਖਾਣ ਪੀਣ ਨੂੰ ਉਦੋਂ ਜਿੱਦਾਂ ਮੈਂ ਔਰਸ ਨਹੀਂ ਬਣਾਉਣ ਡਿਆ, ਮੈਂ ਤੈਨੂੰ ਕਿਹਾ ਮੈਂ ਔਰਸ ਬਣਾ ਲੈਂਦਾ ਤੂੰ ਗੱਡੀ ਦੌੜਾ, ਅਤੇ ਮੈਂ ਅਸੀਂ ਤਾਂ ਕੰਮ ਵੰਡੇ ਹੁੰਦੇ ਅਤੇ ਇਹਨਾਂ ਨੂੰ ਮੂਰਖਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੀ ਕਹੀਏ ਹੁਣ, ਅਸੀਂ ਹੈ ਦੱਸਦਾ ਨਹੀਂ ਫਾਇਦਾ ਨਹੀਂ ਕੋਈ, ਹੈ ਨਾ ਐਸਟੀਮੇਟ ਆਪਣੇ ਲੋਕ ਲਾਉਂਦੇ ਰਹਿੰਦੇ ਆ, ਇਹ ਸੱਜੀਆਂ ਮੇਰੀਆਂ ਸੱਜੀਆਂ, ਹੁਣ ਸਾਡੇ ਦੋ ਬੰਦੇ ਦੀ ਨਾਲੇ ਥਾਰ ਲੈਣ ਗਏ ਆ, ਅਸੀਂ ਨੀਂਦ ਪੂਰੀ ਕਰਨ ਡੇ ਹਾਂ, ਅੱਜ ਆਪਾਂ ਜਿਹੜੇ ਸਾਡਾ ਕੰਮ ਵੰਡੇ ਵੰਡੇ ਸੀ ਜਦੋਂ ਅਸੀਂ ਆਏ ਚੰਡੀਗੜ੍ਹੋਂ, ਗੋਰੀ ਨੂੰ ਆਪਣਾ
ਉਹਨੂੰ ਮੈਂ ਤਾਂ ਗੁਰੀ ਘਰੇ ਰਹਿ ਪਏ ਅਸੀਂ ਘਰ ਦੇ ਨੇੜੇ ਨੇ ਕੰਮ ਕਰਨ ਡਿਆ ਪਏ ਅਤੇ ਗੁਰੀ ਨੂੰ ਅਤੇ ਮਹਾਂਵੀਰ ਨੂੰ ਥਾਰ ਦੇ ਘੱਲ ਤਾ ਕੇ ਤਾਂ ਰੇਡੀਏਟਰ ਸਾਫ਼ ਕਰਾ ਲਿਆ ਅਤੇ ਮੰਨਾ ਅਤੇ ਸ਼ੇਰਾ ਅੰਮ੍ਰਿਤਸਰੋਂ ਨਿੱਕੇ ਨੇ ਕੰਮ ਫਰੂਟ ਵਗੈਰਾ ਹੋਰ ਲਿਆਉਣਾ ਸੀ ਉਹ ਲੈਣ ਚੱਲ ਕੇ ਕੰਮ ਵੰਡੇ ਹੁੰਦੇ ਜਾਣ ਮੇਰੀਏ ਸਾਡੇ ਵਿੱਚ ਕੋਈ ਉਹ ਕੰਮ ਨਹੀਂ ਹੈਗਾ ਵੱਡੇ ਛੋਟੇ ਵਾਲਾ ਅਸੀਂ ਜਦੋਂ ਵੀ ਕੋਈ ਕੰਮ ਕਰਨਾ ਅਸੀਂ ਸਾਰਿਆਂ ਕਹਿਣਾ ਕਿ ਹਾਂ ਹੁਣ ਜਿਹੜੇ ਜਿਹੜੇ ਕੰਮ ਦਾ ਜਿਹੜਾ ਜ਼ਿਆਦਾ ਮਾਹਰ ਹੈ ਹੈ ਨਾ ਹੁਣ ਮੈਂ ਮੰਨ ਲਓ ਡਾਇਟ ਡੂਇਟ ਬਣਾਉਂਦੇ ਵੀ ਥੋੜ੍ਹਾ ਜਿਹਾ ਜ਼ਿਆਦਾ ਮਾਹਰ ਹਾਂ ਮੈਂ ਉਹ ਪਾਸੇ ਹੋ ਜਾਂਦਾ ਇਹ ਦੂਜੇ ਪਾਸੇ ਹੋਏ ਤਾਂ ਕੋਈ ਗੱਡੀ ਧੋ ਲੈਂਦਾ ਕੋਈ ਕੱਪੜੇ ਪ੍ਰੈਸ ਕਰ ਲੈਂਦਾ ਕੋਈ ਕੁਝ ਹੈ ਨਾ ਤੇਰਾ ਡਰ ਰੌਣਕ ਮਿਲ ਉਹ ਵੇਲਾ ਕੰਮ ਵੇਲਾ ਤਾਂ ਸਾਡੇ ਤੇ ਬੂਹਾ ਮਾੜਾ ਖੁੱਲ੍ਹਾ ਤਾਂ ਪੂਰੀ ਫੁੱਲ ਬਾਸ਼ੀ ਹੋਣ ਡੀ ਤੁਹਾਨੂੰ ਪੈਂਥਰ ਦੀ ਕਰਤੂਤ ਵਿਖਾਉਂਦਾ ਹੈ ਮਾੜਾ ਜਿਹਾ ਬੂਹਾ ਖੁੱਲ੍ਹਾ ਅਤੇ ਪੈਂਥਰ ਨੇ ਗੋਲੀ ਅਤੇ ਉਹ ਕਿੱਥੇ ਬਾਸ਼ੀ ਕਰਨ ਡਿਆ ਉਹ ਮੋਟਰ 'ਤੇ ਪਹੁੰਚਿਆ ਹੋਇਆ ਵੇ ਹੈ ਕੁਛ ਨਹੀਂ ਆ ਇਧਰ ਫਿਰਦਾ ਆਹ ਕੰਮ ਵੇਖ ਲਓ ਇਹਦੇ ਇਹ ਦਾ ਮਾਰ ਗਿਆ ਉਹਨੂੰ ਲੱਗਾ ਕਿ ਹਾਂ ਵੀ ਗੇਟ ਖੁੱਲ੍ਹਾ ਇਹਦੇ ਵੇ ਹੁਣ ਹਰਫਲਿਆ ਫਿਰਦਾ ਸਾਹੁ ਸਹੀ ਹੈ ਬੁਰੇ ਵਾਲੀ ਆ ਜਾ ਕਰੇ ਚੱਲ 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 ਆ ਜਾ ਕੰਮ ਵੇਖ ਲਓ ਇਹਦੇ ਗੁਰੀ ਪਾਣੀ ਪਾ ਲਈ ਰੇਤਾ 'ਤੇ ਹਨੇਰੀ ਜੀ ਤਾਂ ਮੌਸਮ ਲੱਗਣ ਡਿਆ ਹਨੇਰ ਆ ਗਿਆ ਅਤੇ ਰੇਤਾ ਸਾਰੀ ਅੱਖਾਂ 'ਚ ਤੁਰੀ ਜਾਣੀ ਬਾਅਦ ਚੋਂ ਨਵਾ ਦੇ ਜ਼ਿੰਮੇਵਾਰੀ ਆਪਣੀ ਫਿਰ ਇਹ ਦਿਨ ਕਮੈਂਟ ਵੀ ਕੀਤਾ ਕਿਸੇ ਨੇ ਕਹਿੰਦੇ ਜ਼ਿੰਮੇਵਾਰੀ ਪੱਕੀ ਗੋਰੀ ਦੀ ਹੁੰਦੀ ਆ ਆ ਗਿਆ ਮਜ਼ਾ ਆਪੇ ਅੱਜ ਪਹਿਲੀ ਵਾਰ ਆਪੇ ਆਇਆ ਹੀ ਮੋਟਰ 'ਤੇ ਮੁੜ ਕੇ ਨਹੀਂ ਛੱਤਰ ਮਾਰ ਮਾਰ ਲੈਣਾ ਪੈਂਦਾ ਕੁੜੀ ਹਜੇ ਵੇਖ ਲਿਆ ਨਾ ਆਵਾਜ਼ ਗੁਰੀ ਸੁਣ ਲਿਆ ਕਿ ਆਵਾਜ਼ਾਂ ਪੈ ਗਈਆਂ ਉਹ ਤਾਂ ਮੈਂ ਜਾਵਾਂ ਨਹੀਂ ਤਾਂ ਫਿਰ ਛੱਤਰ ਪੋਲਾ ਮੇਰਾ ਬਹੁਤ ਜ਼ਿਆਦਾ ਹੋਣਾ ਹੱਲ ਆ ਜਾ ਕੁਰਸੀਆਂ ਗੁਰੀ ਆੜੀਆਂ ਮਤਰਾ ਯਾਰ ਨਹੀਂ ਕੋਠੇ ਦੇ ਆਨੰਦ ਮਾਣਦੇ ਮੌਸਮ ਦਾ ਮੈਂ ਤੁਹਾਡੇ ਕਮੈਂਟ ਪੜ੍ਹਨ ਦਿਆ ਸੀ ਅਤੇ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਤੁਸੀਂ ਕਰਦੇ ਜੇ ਤੇ ਅੱਜ ਵੀ ਕੋਈ ਵੀਰ ਆਏ ਆਪਣੇ ਕੋਲ ਬੈਠੇ ਰਹੇ ਸੀ ਵਾਹਵਾ ਦੁਪਹਿਰੇ ਗੱਲਾਂ ਬਾਤਾਂ ਅਤੇ ਆਪਣੇ ਏਰੀਏ ਦੇ ਵੀਰ ਹੈ ਨਾ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਬਲੌਗ ਬਣਾਇਆ ਨਹੀਂ ਉਦੋਂ ਅਤੇ ਹੁਣ ਜਿੱਦਣ ਕਿਤੇ ਇਕੱਠੇ ਹੋਏ ਤਾਂ ਤੁਹਾਨੂੰ ਮਿਲਾਵਾਂਗੇ ਵੀਰ ਹੋਣਾਂ ਦੇ ਨਾਲ ਵੀ ਹੈ ਨਾ ਅਤੇ ਉਹ ਵੀ ਇੱਦਾਂ ਗੱਲਾਂ ਬਾਤਾਂ ਚੱਲ ਪਈਆਂ ਅਤੇ ਕਹਿੰਦੇ ਕਿ ਕਮੈਂਟ ਬੜੇ ਵਧੀਆ ਆਉਂਦੇ ਮੈਂ ਵੀ ਦੱਸਣ ਡਿਆ ਮੈਂ ਯਾਰ ਆਪਣੇ ਇਹਨਾਂ ਵੀਰ ਭਰਾ ਹੀ ਬੜੇ ਵਧੀਆ ਜੁੜੇ ਹੈ ਨਾ ਅਤੇ ਆਪਾਂ ਨੂੰ ਕਦੀ ਕਿਸੇ ਨੂੰ ਮਾੜੀ ਮੱਤ ਨਹੀਂ ਦਿੱਤੀ ਮਾੜੀ ਸਲਾਹ ਨਹੀਂ ਦਿੱਤੀ ਅਤੇ ਮੈਂ ਕਿਹਾ ਆਪਾਂ ਨੂੰ ਬੜੇ ਪੋਜ਼ਿਟਿਵ ਅਤੇ ਬੜੇ ਸੋਹਣੇ ਕਮੈਂਟ ਆਉਂਦੇ ਆ ਹੈ ਨਾ ਅਤੇ ਗੱਲਾਂ ਚੱਲ ਪਈ ਇੱਦਾਂ ਹੀ ਅਤੇ ਬਾਕੀ ਮੈਂ ਕਮੈਂਟ ਹੁਣ ਪੜ੍ਹਨ ਡਿਆ ਸੀ ਮੈਨੂੰ ਕਹਿੰਦੇ ਬਾਪੂ ਨਹੀਂ ਆਇਆ ਜਾਂ ਬਾਪੂ ਤੁਸੀਂ ਲਗਾਇਆ ਕੱਦੂ ਵਾਲੇ ਵਲੋਗਾਂ ਹੀ ਕੱਢਣਾ ਆਉਣਾ ਸਰਪ੍ਰਾਈਜ਼ ਤਾਂ ਨਹੀਂ ਕਿਤੇ ਨਹੀਂ ਜਾਣ ਮੇਰੀ ਬਾਪੂ ਨਹੀਂ ਆਇਆ ਬਾਪੂ ਦਾ ਦਿਲ ਲੱਗਾ ਵਧੀਆ ਅਤੇ ਬਾਪੂ ਆਊਗਾ 2-3 ਮਹੀਨੇ ਰੁਕ ਕੇ ਅਤੇ ਉਹ ਵੀ ਉਦੋਂ ਜਦੋਂ ਬਾਪੂ ਆਊਗਾ ਉਦੋਂ ਮਾਂ ਪਿਓ ਨੂੰ ਘੱਲ ਦਾਂਗੇ ਹੈ ਨਾ ਕਿ ਇਹ ਵੀ ਕੱਦੂ ਵਾਲੇ ਵਲੋਗਿੰਗ ਕਰਕੇ ਚੱਲ ਮਾਂ ਵੀ ਇੱਦਾਂ ਜ਼ਿਆਦਾ ਤੁਸੀਂ ਵੀ ਸਾਰੇ ਕਹਿਣ ਡਏ ਸੀ ਅਤੇ ਇਹਦਾ ਅਜੀਬ ਨਹੀਂ ਲੱਗਣ ਡਿਆ ਉੱਥੇ ਅਤੇ ਮੈਂ ਕਿਹਾ ਚੱਲ ਆ ਜਾ ਅਤੇ ਹੁਣ ਇਹ ਆ ਕੇ ਅਤੇ ਉੱਥੋਂ ਇਹਦੀ ਗੱਲਾਂ ਹੋ ਰਹੀ ਹੁਣ ਕਹਿੰਦਾ ਮੈਂ ਤਾਂ ਜਾਣਾ ਹੀ ਨਹੀਂ ਕਿ ਮੈਨੂੰ ਅੱਜ ਵੀ ਸਟੋਰੀਆਂ ਪਈਆਂ ਸਨੈਪਚੈਟ 'ਤੇ ਮੈਨੂੰ ਮੇਰੇ ਸੱਜਣਾ ਮਿੱਤਰਾਂ ਦੇ ਮੈਸੇਜ ਆਏ ਕਹਿੰਦਾ ਇਹ ਚੰਗਾ ਆ ਕੇ ਕੈਨੇਡਾ ਤੋਂ ਇਹ ਵਾਪਸ ਜਾਣ ਦਾ ਨਾਂ ਨਹੀਂ ਲੈਣ ਡਿਆ ਹੈ ਨਾ ਅਤੇ ਉਹ ਗੱਲਾਂ ਦੱਸਦਾ ਉੱਥੋਂ ਦੀਆਂ ਕਹਿੰਦਾ ਕਿ ਮਤਲਬ ਕੰਮ ਹੀ ਕਰਨਾ ਹੈ ਨਾ ਕਹਿੰਦਾ ਉੱਥੇ ਹੀ ਕੰਮ ਕਰਨਾ ਮੈਂ ਕਹਿੰਦਾ ਇੱਥੇ ਮੈਂ ਕਰੀ ਜਾਊਂਗਾ ਜੋ ਤੁਸੀਂ ਕਹੋਗੇ ਮੈਂ ਇੱਥੇ ਕੰਮ ਕਰੂੰਗਾ ਮੈਂ ਚੱਲ ਤੂੰ ਕੰਮ 'ਤੇ ਕੀ ਕਰਨਾ ਵਾ ਚੱਲ ਕੇ ਸਾਲ ਵਾਈ ਕਰਾਂਗੇ ਅਤੇ ਉਦੋਂ ਪਰ ਵਾਈ ਨੂੰ ਸ਼ੇਰ ਹੈ ਨਾ ਕੰਮ ਵੱਲੋਂ ਨਹੀਂ ਭਾਈ ਦੇ ਬੰਦੇ ਸਾਡੇ ਸਾਰੇ ਵੀ ਜਿੰਨੇ ਵੀ ਅਸੀਂ ਕੰਮ ਵੰਡ ਲਈਦੇ ਆ ਕਿ ਜਿਹੜਾ ਕੰਮ ਕੀ ਜਿਹੜਾ ਕੰਮ ਜਿਹੜੇ ਕੰਮ ਦੇ ਵਿੱਚ ਬੰਦਾ ਮਾਰ ਰਿਹਾ ਨਾ ਉਹਦਾ ਪਿਆ ਸੇਬ ਕੱਟੀ ਜਾਣ ਡਿਆ ਜਿਹੜਾ ਬੰਦਾ ਜਿਹੜੇ ਕੰਮ 'ਚ ਮਾਰਿਆ ਉਹ ਕੰਮ ਨੂੰ ਵੰਡੇ ਦੇ ਦਈਦਾ ਵਾ ਹੈ ਨਾ ਅਤੇ ਬਾਕੀ ਇਹ ਹੈ ਕਿ ਸੱਜਣਾ ਮਿੱਤਰਾਂ ਨਾਲ ਹੀ ਆ ਸਾਡੀ ਵਧੀਆ ਸਾਰਿਆਂ ਦੀ ਮੱਤ ਮਿਲਦੀ ਹੈ ਇਕੱਠੇ ਤੁਰੇ ਫਿਰਦੇ ਹਾਂ ਸਾਡੇ ਵਿੱਚ ਕੋਈ ਈਰਖਾਬਾਜ਼ੀ ਵਾਲਾ ਨਹੀਂ ਹੈਗਾ ਇੱਕ ਦੂਜੇ ਤੋਂ ਖਾਰ ਖਾਈ ਜਾਣੀ ਨਾਲ ਵੀ ਰਹੀ ਜਾਣਾ ਅਸੀਂ ਨਾਲ ਹੀ ਤਾਂ ਰਹਿਣ ਡੇ ਕਿਉਂਕਿ ਸਾਡੇ ਦਿਲ ਮਿਲੇ ਆ ਹੈ ਨਾ ਸਾਡੇ ਵਿੱਚ ਇੱਕ ਦੂਜੇ ਪ੍ਰਤੀ ਈਰਖਾਬਾਜ਼ੀ ਨਹੀਂ ਹੈਗੀ ਇੱਕ ਦੂਜੇ ਨੂੰ ਪਿਆਰ ਕਰਦੇ ਇੱਕ ਦੂਜੇ ਜੇ ਮੰਨ ਲਓ ਕਿ ਬੈਠੇ ਹਾਂ ਨਾ ਅਸੀਂ 5-6 ਜਣੇ ਸਾਰੇ ਇਕੱਠੇ ਬੈਠੇ ਹਾਂ ਜੇ ਵਿੱਚੋਂ ਕਿਸੇ ਨੇ ਦੂਜੇ ਨੂੰ ਕੰਮ ਕਿਹਾ ਤਾਂ ਨਾ ਮੰਨ ਲਓ ਕਿ ਯਾਰ ਅੰਦਰੋਂ ਪਾਣੀ ਫੜਾਈ ਅਤੇ ਜਵਾਬ ਨਹੀਂ ਦੇਣਾ ਅਸੀਂ ਸਾਡੇ 'ਚ ਇਹ ਚੀਜ਼ ਹੈਗੀ ਮੈਨੂੰ ਭਾਵੇਂ ਮੈਂ ਨਾਲ ਸਭ ਤੋਂ ਵੱਡਾ ਵਾ ਜੇ ਮੈਂ ਰਸੋਈ ਨੂੰ ਤੁਰਿਆ ਆਉਂਦੇ ਇਹਨਾਂ 'ਚ ਕਿਸੇ ਨੇ ਕਿਹਾ ਭਾਅ ਜੀ ਪਾਣੀ ਫੜਿਓ ਮੈਂ ਨਹੀਂ ਕਹਿਣਾ ਕਿ ਤੂੰ ਆਪ ਉੱਠ ਕੇ ਫੜ ਲਾ ਸਾਡੇ 'ਚ ਇਹ ਚੀਜ਼ ਨਹੀਂ ਹੈਗੀ ਪਿਆਰ ਨਾਲ ਰਹਿੰਦੇ ਹਾਂ ਅਤੇ ਹਾਸਾ ਬਿਆ ਕਰਦੇ ਰਹਿੰਦੇ ਹਾਂ ਅਤੇ ਇੱਦਾਂ ਸਾਡਾ ਟਾਈਮ ਵਧੀਆ ਲੰਘ ਜਾਂਦਾ ਵੇਖ ਆਉਂਦੀ
ਧੂੜਾਂ ਫੁੱਟਦੀ ਹੁੰਦੀ ਰਾਣੀ ਸੁੰਦਰਾਡੀ ਲੱਗਦੀ ਹੈ ਕੁੱਕ ਵਾਲਾ ਵਾਲੀ ਪਰ ਕੱਦੂ ਸਭ ਤੋਂ ਜ਼ਿਆਦਾ ਇਹਨੇ ਬੁੱਕਣਾ ਹੀ ਹੈ ਕੀ ਕਹਿੰਦੇ ਓਕੇ ਕਿੰਨਾ ਨੀ ਲੈ ਕਿੱਥੇ ਆ ਉਹ ਪੈਂਥਰ ਬਾਹਰ ਭੱਜ ਗਿਆ ਨਾ ਉਹਦੇ ਵੱਲ ਵੇਖੀ ਜਾਂਦਾ ਉਹ ਸ਼ੇਰਾਂ ਦੇ ਪਹਿਲਾਂ ਨੁਕਰੇ ਲੱਗ ਗਿਆ ਅੰਫ ਹੈ ਬਾਹਰ ਫੜਾ ਬਾਹਰ ਕਿੱਥੇ ਫੜਾਈ ਕੁੱਤੇ ਬਾਹਰ ਫੜਾ ਲਈ ਕੋਈ ਕੁੱਤੇ ਨੂੰ ਬਾਹਰ ਫੜਾ ਗਿਆ ਕੇਲਾ ਛੇਕ ਲੱਗ ਗਿਆ ਕਿੱਥੇ ਆਹ ਥੱਲੇ ਉਤਰਨਾ ਪੈ ਜੇ ਕੁੜੀ ਆ ਬਾਈ ਤੂੰ ਹੈ ਲਓ ਵੀ ਮਿੱਤਰਾ ਤੁਹਾਨੂੰ ਦੱਸ ਦਈਏ ਹਾਂ ਸਾਡੇ ਮਾਮੇ ਦਾ ਮੁੰਡਾ ਸੀ ਫਿਰ ਕਿਤੇ ਬੂਹਾ ਮਾਰ ਦਿਓ ਪਿੱਛੇ ਤੁਹਾਡੀ ਭੈਣ ਨੂੰ ਉਂਗਲ ਵਾਲਾ ਪ੍ਰੋਸੈਸ ਬਹੁਤ ਖਤਮ ਹੋਇਆ ਫਿਰ ਚੱਲ ਪਿਆ ਜੀ ਉਹ ਆਇਆ ਤੈਨੂੰ ਉਂਗਲ ਦੇ ਕੇ ਲਿਆਈਏ ਗੱਲ ਕੀ ਆ ਹੈ ਗੋਡੀ ਗੋਡੀ ਡੋਡੀ ਡੋਡੀ ਗੋਡੀ ਕਿਆ ਸਾੜਿਓ ਗੋਡੀ ਸਾਡੀ ਭੈਣ ਨੂੰ ਮੋਰ ਪਹਿਲਾਂ ਪਾਉਂਦੇ ਨੇ
ਨਾ ਟੇਡਾ 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 ਨੱਬੇ ਡਿਗਰੀ ਤੇ ਨੱਬੇ ਡਿਗਰੀ ਸਾਈਡ ਪੋ ਸਾਈਡ ਪੋ ਕਿਦਾਂ ਨਹੀਂ ਮੋੜ ਤੇਰੀ ਮੋੜ ਪੈਲ ਕੱਪੜਾ ਪਾਉਣ ਦੇ ਟੀਵੀ ਤੇ ਚੱਲੀਏ ਜਿਮ ਲੈ ਵੀ ਤੁਹਾਡੇ ਨਾਲ ਗੱਲ ਕਰਨੀ ਹੁਣੇ ਕੋਈ ਬੰਦੇ ਮਿਲਣ ਆਏ ਸੀ ਮੋਟਰਸਾਈਕਲਾਂ ਤੇ ਅਸੀਂ ਛੇ ਕੁ ਜਾਣੇ ਸੀ ਦੋ ਮੋਟਰਸਾਈਕਲ ਇਹਨਾਂ ਤੋਂ ਪੰਜ ਕੁ ਛੇ ਜਾਣੇ ਸੀ ਅਤੇ ਨਸ਼ੇ ਨਾਲ ਰੱਜੇ ਬੁਰੇ ਹਾਲ ਹੈ ਖਲੋਤਾ ਵੀ ਨਹੀਂ ਜਾਣ ਡਿਆ ਮੈਂ ਇੱਕ ਨਾ ਹੱਥ ਮਿਲਾਇਆ ਅਤੇ ਉਹਦੀਆਂ ਹੱਡੀਆਂ ਨਾ ਮੈਨੂੰ ਜਦੋਂ ਹੱਥ ਮਿਲਾਇਆ ਉਹਨੇ ਤਾਂ ਜਿੱਦਾਂ ਹੱਡੀਆਂ ਖੜਕਦੀਆਂ ਨਾ ਗੁੱਟ ਦੀਆਂ ਹੱਡੀਆਂ ਇੱਦਾਂ ਖੜਕੀਆਂ ਇੰਨਾ ਬੁਰਾ ਹਾਲ ਆ ਮੈਂ ਉਹਨੂੰ ਪੁੱਛਿਆ ਮੈਂ ਕਿੱਧਰ ਆਏ ਜੀ ਕਹਿੰਦੇ ਤੁਹਾਡੇ ਪਿੰਡ ਆਏ ਕੰਮ ਆਏ ਅਤੇ ਉਹਨੇ ਮੈਨੂੰ ਕਿਹਾ ਕੰਮ ਆਏ ਮੈਂ ਸਮਝ ਗਿਆ ਮੈਂ ਕਿਹਾ ਨਹੀਂ ਨਸ਼ਾ ਪਤਾ ਲੈਣਾ ਜੀ ਸਾਡੇ ਪਿੰਡ ਵੀ ਮਿੱਤਰ ਬੜਾ ਨਸ਼ਾ ਵੇਖਦਾ ਨਹੀਂ ਬੰਦ ਹੋ ਸਕਦਾ ਕਦੀ ਇਹਦੇ ਪਿੱਛੇ ਬੜੀਆਂ ਲੰਮੀਆਂ ਸਾਜ਼ਿਸ਼ਾਂ ਵਾ ਆਪਾਂ ਸਮਝ ਨਹੀਂ ਸਕਦੇ ਬਸ ਆਪਣੀ ਇਹੋ ਹੀ ਕਰ ਸਕਦੇ ਹਾਂ ਆਪਾਂ ਕਿ ਆਪਾਂ ਇਸ ਚੀਜ਼ ਤੋਂ ਦੂਰ ਰਹੀਏ ਅਤੇ ਆਪਾਂ ਕਿਸੇ ਨੂੰ ਕਹਿਣ ਦੀ ਬਜਾਏ ਕਿ ਨਸ਼ਾ ਬੰਦ ਨਹੀਂ ਹੁੰਦਾ ਜੇ ਨਹੀਂ ਹੁੰਦਾ ਉਹ ਨਹੀਂ ਹੁੰਦਾ ਅਤੇ ਜੇ ਆਪਾਂ ਪੀਏ ਨਾ ਤਾਂ ਬੰਦ ਹੀ ਬੰਦ ਆ ਕਿਉਂ ਬਾਈ ਉਹ ਫਿਰ ਚੱਲੀ ਉਹ ਵਾਹਿਗੁਰੂ ਜੀ ਲੈ ਵੀ ਮਿੱਤਰਾ ਪਾ ਤੇ ਚੱਲ ਯਾਰ ਹੋਣਾ ਨੇ ਗੈਂਗ ਮੈਂਬਰ ਵੱਧ ਗਏ ਹੈ ਗੱਡੀਆਂ ਦੋ ਹੈ ਮੈਂ ਵੀ ਮਿੱਤਰਾਂ ਵਰਕਆਊਟ ਕਰਕੇ ਹੀ ਤੇ ਆ ਗਏ ਬਣਾਉਂਦੇ ਮਾਹੌਲ ਇੱਕ ਸਕੂਪ ਪਾਇਆ ਇਹਨੂੰ ਮੇਰਾ ਪੱਬਾਂ ਭਰ ਪਾਇਆ ਇਹ ਗੰਦ 'ਚ ਰਹਿੰਦਾ ਆਪਣੇ ਨਾਲ ਲੱਗ ਪੈ ਗਿਆ ਨਾ ਸ਼ੇਰਿਆ ਉਹ ਗੱਲ ਤੇਰੀ ਸਾਰਾ ਕਿਉਂ ਬੇਇੱਜ਼ਤੀ ਕਰਾਉਂਦਾ ਮੇਰੀ ਸ਼ੇਰਿਆ ਉਹ ਗੱਲ ਤੇਰੀ ਤੂੰ ਜਮਾਂ ਗਾੜੀ ਬਿਠਾ ਵੇ ਤੇਰੀ ਭੈਣ ਉਹ ਭੈਣ ਦੀ ਟਰਾਲੀ ਫਿਰ ਕਿਦਾਂ ਬਣਾਵਾਂਗੇ ਟਾਈਮ ਨਹੀਂ ਹੈਗਾ ਜਪਣ ਹਜੇ ਬਿਜੀ ਆਪਾਂ ਚੱਲਣ ਡੇ ਮਿੱਤਰਾ ਵਰਕਆਊਟ ਹੋ ਗਿਆ ਯਾਰ ਦਾ ਓਕੇ ਰਿਪੋਰਟ ਸਵੇਰੇ ਕੀਤੀ ਕਾਰਡੀਓ ਹੁਣ ਲਾਇਆ ਸ਼ੋਲਡਰ ਚੱਲੀਏ ਭਾਈ ਗਰਮੀ ਬੜੀ ਮਿੱਤਰ ਅੱਜ ਸਾਡੇ ਏਸੀ ਨਹੀਂ ਚੱਲਣ ਜਿਮ ਦੇ ਥੋੜੀ ਬੱਤੀ ਦੀ ਪ੍ਰੋਬਲਮ ਕਰਕੇ ਤਸੱਲੀ ਹੋ ਗਈ ਡਬਲ ਮਸਲ ਲਾਉਣਾ ਆ ਜਾਓ ਭਰਾਵਾ ਘਰ ਜਾ ਕਰ ਲਿਓ ਗੱਲ ਕਿਹੜੀਆਂ ਸਲਾਹਾਂ ਚੱਲਣ ਡੀਆਂ ਕੁੜੀਆਂ ਕੀ ਹਾਲ ਆ ਵੀ ਸਰਪੰਚ ਚੱਲੀਏ ਘਰ ਨੂੰ ਭੁੱਖ ਬੜੀ ਲੱਗੀ ਮਿੱਤਰਾ ਚੱਲ 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 ਆਉਂਦੇ ਲੈ ਵੀ ਪੁਰਾਣੀ ਥਾਰ ਪੁਰਾਣੀ ਹੈ ਝੋਟੀ ਹੈ ਨਵੀਂ ਥਾਰ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਜਿੱਦਾਂ ਮਰਜ਼ੀ ਹੈ ਨਾ ਫੱਬ ਜ਼ਿਆਦੀ ਇਹਦੀ ਆ ਝੂਲਦੀ ਨਾ ਕੁੜੀ ਆ ਵੀ ਇੱਧਰ ਹੈ ਚਲੋ ਚੱਲੀਏ ਯਾਰ ਵੀ ਮਤਰਾ ਪਹੁੰਚ ਗਈ ਯਾਰ ਨਹੀਂ ਘਰੇ ਤੇ ਮੁੰਡਿਆਂ ਨੂੰ ਖਾਸ ਕਰਕੇ ਗੁਰੀ ਨੂੰ ਮਹਾਂਵੀਰ ਨੂੰ ਤੇ ਗੋਰੀ ਨੂੰ ਚੇਤੇ ਆਉਂਦਾ ਜੇ ਮਹਾਲੀ ਵਾਲੇ ਜਿੰਮ ਨਸਲ ਨਸਲ ਉਲਟ ਉਲਟ ਕੇ ਪੈਂਦੇ ਸੀ ਆਹ ਜਿੰਮ ਤੇ ਨਾਲੇ ਮਹਾਲੀ ਮਹਾਲੀ ਕਰਦੇ ਸੀ ਕਹਿੰਦੇ ਮਹੀਨਾ ਕੁ ਲਾਈਏ ਉੱਥੇ ਕੋਈ ਨਹੀਂ ਖੋਲੋ ਗੇਟ ਵੇਹਦੇ ਆ ਕੀ ਬਣਦਾ
ਉਤਰ ਵੇਖੋ ਉਤਰ ਕਿੱਧਰ ਜਾਂਦਾ ਤੇ ਗੇਟ ਖੁੱਲ ਕੇ ਵੇਖੋ ਜੀ ਚਾ ਨਾ ਬਾਹਰ ਲੈ ਕੇ ਮਰੀ ਜਾਵੀ ਗੁਰੀ ਵੀਰ ਕਿਹਾ ਭਾਈ ਬਾਹਰ ਬਸ ਠੀਕ ਹੈ ਗੋਰੀ ਲੈ ਆ ਆਂਡੇ ਬਾਲ ਕੇ ਹਾਂ ਹੱਥ ਪਿਆ ਪ੍ਰੋਟੀਨ 15 ਆ ਜਾ ਫਿਰ ਪਾਣੀ ਦੇ ਜੱਗ ਭਰ ਲਿਓ ਮੌਸਮ ਬਾਹਰ ਕਿਤੇ ਮੰਜੇ ਡਾਹ ਜਾਂਦੇ ਨਾ ਅੱਜ ਕਿਤੇ ਬੜਾ ਸਵਾਦ ਆਉਣਾ ਕਹਿੰਦੇ ਉਹ ਕੰਮ ਕਰਨਾ ਹੈਗਾ ਮੰਜੇ ਵਾਲਾ ਚੰਗਾ ਫਿਰ ਮਿਲਦੇ ਸਵੇਰੇ ਫਿਰ ਨਵੇਂ ਵਲੋਗ ਦੇ ਨਾਲ ਹੈ ਸਰਪੰਚ ਹੋਈ ਪਈ ਹੈ ਪਿਛਲੇ ਦੋਵਾਂ ਵਲੋਗਾਂ ਦੇ ਵਿੱਚ ਹੁਣੇ ਮੈਂ ਕਮੈਂਟ ਪੜ੍ਹਨ ਦਿਆਂ ਸੀ ਕਹਿੰਦੇ ਸਰਪੰਚ ਹੀ ਆ ਬੱਲਾ ਹੀ ਪਈ ਹੈ ਇੰਨਾ ਪਿਆਰ ਮੇਰੇ ਨਿੱਕੇ ਭਰਾ ਨੂੰ ਕਈ ਬੰਦੇ ਇਹੋ ਜਿਹੇ ਕਮੈਂਟ ਕੀਤੇ ਕਹਿੰਦੇ ਸਾਡਾ ਨਿੱਕਾ ਭਰਾ ਆ ਗਿਆ ਕਿਆ ਬਾਤ ਹੈ ਯਾਰ ਲਵ ਯੂ ਮੇਰੀ ਯਾਰ ਲਵ ਯੂ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਪਿਛਲੇ ਦੋਵਾਂ ਵਲੋਗਾਂ 'ਚ ਅਤੇ ਤੁਸੀਂ ਟਾਈਮ ਕੱਢ ਕੇ ਬਾਈ ਵਲੋਗ ਵਹਿੰਦੇ ਜੀ ਅਸੀਂ ਟਾਈਮ ਕੱਢ ਕੇ ਬਣਾਉਂਦੇ ਹਾਂ ਵਧੀਆ ਆਪਣਾ ਇੱਕ ਦੂਜੇ ਨਾਲ ਤਾਲਮੇਲ 'ਚ ਬਣਿਆ ਅਤੇ ਬਾਕੀ ਜਾਣੇ ਮੇਰੀ ਬਸ 2 ਦਿਨ ਵੇਟ ਕਰ ਲਓ ਸਿਰਫ 2 ਦਿਨ ਕਿ ਕੋਸ਼ਿਸ਼ ਤੁਹਾਡੀ ਕੱਲ੍ਹ ਵੀ ਹੈਗੀ ਕੱਲ੍ਹ ਇੱਕ ਤੁਹਾਨੂੰ ਬੜਾ ਸੋਹਣਾ ਵਲੋਗ ਮੈਂ ਕੱਢ ਕੇ ਤੁਹਾਨੂੰ ਪਹਿਲਾਂ ਇੱਕ ਚੀਜ਼ ਚੈੱਕ ਕਰਨੀ ਹੈ ਅਤੇ ਅੱਜ ਅਸੀਂ ਕੰਮ ਕਰਵਾ ਲਿਆ ਥਾਰ ਦਾ ਅਤੇ ਕੱਲ੍ਹ ਅਸੀਂ ਥੋੜ੍ਹੀ ਟੈਸਟ ਕਰਕੇ ਵੇਖਾਂਗੇ ਅਤੇ ਰੂਬੀਕੋਨ ਦਾ ਕੱਲ੍ਹ ਬੰਪਰ ਆਪਣਾ ਲੱਗ ਜਾਣਾ ਵਾ ਉਹ ਸੱਤ ਰੂਬੀਕੋਨ ਦਾ ਬੰਪਰ ਟਾਈਮ ਸਿਰ ਲੱਗ ਗਿਆ ਅਤੇ ਆਉਂਦਾ ਕੱਦੂ 'ਚ ਆਉਂਦੇ ਆਈ ਹੈ ਅਤੇ ਬਾਕੀ ਦੇਖੋ ਕੀ ਮਾਹੌਲ ਬਣਦਾ ਹੈ ਨਾ ਅਤੇ ਅੱਜ ਦਾ ਵਲੋਗ ਸਿਰਫ ਇੰਨਾ ਹੀ ਆ ਹੁਣ ਕਮੈਂਟ ਪੜ੍ਹਨਾ ਕਹਿੰਦਾ ਵੀਰ ਜੀ ਹੁਣ ਤਾਂ ਪਿੰਡ ਆ ਗਏ ਹੁਣ ਤਾਂ ਵਲੋਗ 40-50 ਮਿੰਟ ਦਾ ਕਰ ਦਿਉ ਕਿਉਂਕਿ ਮਾਲੀ ਜਾਣ ਮੇਰੀ ਕੰਟੈਂਟ ਆਪਣੇ ਕੋਲ ਨਹੀਂ ਸਾਫ ਜੀ ਗੱਲ ਨਾ ਆਪਾਂ ਜੋ ਸਾਰਾ ਦਿਨ ਕਰੀਦਾ ਉਹ ਫੜ ਕੇ ਬਣਾ ਕੇ ਪਾ ਦਈਦਾ ਹੈ ਨਾ ਤੁਸੀਂ ਉਸੇ ਚੀਜ਼ ਨੂੰ ਪਿਆਰ ਕਰਦੇ ਤੁਹਾਨੂੰ ਉਸੇ ਚੀਜ਼ ਤੋਂ ਤੁਹਾਨੂੰ ਕੁਝ ਚੀਜ਼ਾਂ ਪੋਜ਼ਟਿਵ ਲੱਗਦੀਆਂ ਮੈਨੂੰ ਨਹੀਂ ਪਤਾ ਤੁਹਾਨੂੰ ਕੀ ਪੋਜ਼ਟਿਵ ਲੱਗਦਾ ਮੈਂ ਤਾਂ ਜੋ ਜ਼ਿੰਦਗੀ 'ਚ ਕਰਦਾ ਵਾਂ ਉਹ ਤੁਹਾਨੂੰ ਵਿਖਾ ਦਿੰਦਾ ਵਾਂ ਅਤੇ ਜ਼ਿੰਦਗੀ 'ਚ ਮੈਂ ਮਾੜਾ ਕੰਮ ਕੋਈ ਨਹੀਂ ਕਰਦਾ ਬਾਬੇ ਕਿਰਪਾ ਨਾਲ ਜ਼ਿੰਦਗੀ ਜੋ ਪਿੱਛੇ ਹੋ ਗਿਆ ਉਹ ਪਿੱਛੇ ਛੱਡ ਕੇ ਅੱਗੇ ਜ਼ਿੰਦਗੀ ਬੜੀ ਸੋਹਣੀ ਚੱਲਦੀ ਪਈ ਹੈ ਨਾ ਰੂਟੀਨ ਕੀ ਆ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਈਦਾ ਗੁਰੂ ਮਹਾਰਾਜ ਦਾ ਪਾਠ ਕਰੀਦਾ ਅਤੇ ਆਪਣੇ ਆੜੇ 5-7 ਹਜ਼ਾਰ ਬਿੱਲੀ ਆ ਇਹਨਾਂ ਨਾਲ ਤੁਰੇ ਫਿਰਦਾ ਇਹੋ ਹੀ ਜ਼ਿੰਦਗੀ ਆ ਹੈ ਨਾ ਅਸੀਂ ਦਾਇਰਾ ਇੰਨਾ ਕੀ ਆ ਠੀਕ ਹੈ ਸਰਕਲ ਮੇਰਾ ਬਹੁਤ ਤਗੜਾ ਬਾਬੇ ਕਿਰਪਾ ਨਾਲ ਬੜਾ ਤਗੜਾ ਸਰਕਲ ਆ ਹੈ ਨਾ ਸਾਰਿਆਂ ਦਾ ਮੇਰੀ ਹੈਲੋ ਆਈ ਮਿਲਦਾ ਜਿੰਨਾ ਕੁ ਮਤਲਬ ਕਿ ਟਾਈਮ ਜੋ ਨਿਕਲਦਾ ਵਾ ਪਰ ਰਹਿੰਦੇ ਹੀ ਆ ਇਹੋ 5-7 ਜਣੇ ਆ ਸਾਡਾ ਦਿਲ ਮਿਲਿਆ ਵਾ ਹੱਸਦੇ ਖੇਡਦੇ ਰਹਿੰਦੇ ਆ ਬੜੀ ਸੋਹਣੀ ਜ਼ਿੰਦਗੀ ਉਹਨੂੰ ਕਿਸੇ ਨਾਲ ਕੋਈ ਲਖਾ ਨਹੀਂ ਕੋਈ ਕੀ ਕਹਿੰਦਾ ਸਾਡੇ ਬਾਰੇ ਕੋਈ ਕੀ ਬੋਲਦਾ ਅਗਲ ਤਾਂ ਕੋਈ ਜਦੋਂ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਤਾਂ ਕਹਿੰਦੇ ਕੋਈ ਆਪਾਂ ਨੂੰ ਮਾੜਾ ਚੰਗਾ ਨਹੀਂ ਬੋਲਦਾ ਹੈ ਨਾ ਜੇ ਕੋਈ ਬੋਲ ਵੀ ਲਊਗਾ ਕਿੰਨੇ ਦਿਨ ਬੋਲ ਲਊਗਾ ਇੱਕ ਦਿਨ ਬੋਲ ਦੋ ਕਿਉਂਕਿ ਮੈਂ ਉਸ ਚੀਜ਼ ਨੂੰ ਵੀ ਮਾੜਾ ਨਹੀਂ ਮੰਨਦਾ ਜੇ ਆਪਾਂ ਨੂੰ ਕੋਈ ਗਲਤ ਬੋਲਦਾ ਨਾ ਜਾਂ ਆਪਾਂ ਨੂੰ ਕੋਈ ਗਲਤ ਕਮੈਂਟ ਕਰਦਾ ਵਾ ਉਹਨੂੰ ਗਲਤ ਕਮੈਂਟ ਮੈਂ ਪਹਿਲਾਂ ਵੀ ਪਿਛਲੇ ਵਲੋਗਾਂ 'ਚ ਕੱਢ ਕੇ ਵੇਖ ਲਿਆ ਮੈਂ ਉਹਨੂੰ ਕਦੀ ਵੀ ਗਲਤ ਨਹੀਂ ਸਮਝਿਆ ਕਿਉਂਕਿ ਸੋਚ ਹੁੰਦੀ ਅਗਲੇ ਬੰਦੇ ਦੀ ਹੁਣ ਮੈਂ ਤੁਹਾਨੂੰ ਕਹਿੰਦਾ ਇੰਨਾ ਕਿ ਤੁਹਾਨੂੰ ਵਲੋਗ 'ਚ ਕੋਈ ਚੀਜ਼ ਚੰਗੀ ਲੱਗੀ ਮਾੜੀ ਲੱਗੀ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ ਦੱਸਦਿਆ ਕਰੋ ਉਹ ਕਹਿਣ ਦਾ ਕਾਰਨ ਪਤਾ ਕੀ ਹੁੰਦਾ ਮੈਂ ਕਿਸੇ ਦੀ ਵੀਡੀਓ ਵੇਖੀ ਆ ਉਹ ਵੀਡੀਓ ਵੇਖ ਕੇ ਮੇਰੇ ਦਿਮਾਗ 'ਚ ਕਿੱਦਾਂ ਥੋਟ ਆਇਆ ਮੈਂ ਉਹੋ ਜਿਹਾ ਕਮੈਂਟ ਕਰਨਾ ਉੱਥੋਂ ਬੰਦੇ ਦੀ ਸੋਚ ਦਾ ਪਤਾ ਲੱਗਦਾ ਕਿ ਕਿਹੋ ਜਿਹੀ ਸੋਚ ਦਾ ਮਿਲ ਕੇ ਕਿਹੋ ਜਿਹੀ ਕਰਤੂਤ ਰੱਖਦਾ ਉਹ ਹੈ ਨਾ ਅਤੇ ਉਹਦੇ ਮਾਂ ਪਿਓ ਨੂੰ ਕਿੱਦਾਂ ਦਾ ਇਹਨੂੰ ਸਿਖਲਾਈ ਦਿੱਤੀ ਹੈ ਨਾ ਕਈ ਵਾਰ ਮਾਂ ਪਿਓ ਦੀ ਗਲਤੀ ਵੀ ਹੁੰਦੀ ਕਈ ਬੱਚੇ ਉੱਦਾਂ ਨਿਕਲ ਆਉਂਦੇ ਆ ਹੈ ਨਾ ਉਹਦੇ 'ਚ ਮਾਂ ਪਿਓ ਦੀ ਕੀ ਗਲਤੀ ਹੈ ਨਾ ਕਈਆਂ ਦੀ ਮੱਤ ਮੋਟੀ ਹੁੰਦੀ ਆ ਹੈ ਨਾ ਅਕਲ ਦਾ ਘਾਟਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ 'ਚ ਮਾਂ ਪਿਓ ਦੀ ਕੀ ਗਲਤੀ ਮਾਂ ਪਿਓ ਭਾਵੇਂ ਟੀਚਰ ਲੱਗੇ ਹੋਣ ਹੈ ਨਾ ਵਧੀਆ ਜੋਬ ਕਰਦੇ ਨੇ ਗੜੀ ਬੱਚੇ ਕੁੜੀਆਂ ਵੀ ਉਹ ਹੀ ਨਿਕਲ ਆਉਂਦੇ ਆ ਉਹ 'ਚ ਮਾਂ ਪਿਓ ਦੀ ਕੀ ਗਲਤੀ ਹੈ ਜਦੋਂ ਦੁਪਹਿਰੇ ਗੱਲ ਕਰਨਾ ਨਸ਼ਾ ਕਰਨ ਡੇ ਨਸ਼ਾ ਹੁਣ ਯਾਰ ਵਿਕਦਾ ਵਾ ਵੀ ਕਿਉਂ ਨਹੀਂ ਹਟਣ ਡਿਆ ਆਪਾਂ ਨਹੀਂ ਕਰਨਾ ਉਹ ਆਪਣੇ ਡਿਪੈਂਡ ਕਰਦਾ ਆਪਣੇ ਦਿਮਾਗ ਨੂੰ ਤਗੜਾ ਕਰੋ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਵਾ ਅਤੇ ਆਪਣੇ ਮੁਸ਼ਕਲ ਆਉਣ ਦੇ ਬਾਅਦ ਆਪਣਾ ਪਹਿਲਾ ਸਟੈਪ ਹੀ ਨਸ਼ੇ ਵੱਲ ਨੂੰ ਜਾਂਦਾ ਨਹੀਂ ਜਾਣਾ ਜਾਣ ਮੇਰੀਏ ਦਿਲ ਨਹੀਂ ਛੱਡਣਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੈਂ ਮੋਟੀਵੇਸ਼ਨ ਦੀਆਂ ਚੀਜ਼ਾਂ ਤੁਹਾਨੂੰ ਦੱਸਦਾ ਹੀ ਨਹੀਂ ਕਿ ਫਿਰ ਮਤਲਬ ਕਿ ਵਿੱਚ ਕਈ ਬੰਦੇ ਕਹਿਣ ਡੇ ਵੀ ਇਹਦੇ ਬਾਹਲਾ ਸਿਆਣਾ ਨਾ ਬਣ ਜੇ ਉਹ ਪਰ ਮੈਂ ਜੋ ਜ਼ਿੰਦਗੀ ਦੇ ਵਿੱਚ ਮੇਰਾ ਜਿੰਨਾ ਕੁ ਤਜਰਬਾ ਵਾ ਜੇ ਮੈਂ ਉਹ ਚੀਜ਼ਾਂ ਨੂੰ ਦੱਸਣ ਡਿਆ ਪੈਣਾ ਤਾਂ ਮੇਰੇ ਹਿਸਾਬ ਨਾਲ ਆਪਣੇ ਨਾਲ ਦੇ ਬੰਦੇ ਲਾ ਲਓ ਸਾ ਇਹਨਾਂ ਨੂੰ ਜਿੰਨਾ ਚਿਰ ਮੈਂ ਇਹਨਾਂ ਨਾ ਰਹਿਣ ਨਾ ਜਿਹਨਾਂ ਨੂੰ ਸਮਝਾਉਣ ਡਿਆ ਉੱਠੇ ਪਾਸੇ ਨਹੀਂ ਲੱਗਣ ਦਿੰਦਾ ਮੈਂ
ਇਹ ਮੇਰੀ ਮਤਲਬ ਕਿ ਮੇਰਾ ਆਪਣੇ ਆਪਣਾ ਇਹ ਹੈ ਕਿ ਜਿੰਨੇ ਬੰਦੇ ਮੇਰੇ ਨਾਲ ਰਹਿਣ ਦੇ ਇਹਨਾਂ ਨੂੰ ਨਸ਼ਾ ਨਹੀਂ ਕਰਨ ਦੇਣਾ। ਆ ਗੋਰੀ ਹੋਣੀ ਕਦੀ ਆ ਮੈਨੇ ਹੁਣੀ ਕਈ ਵਾਰ ਮਤਲਬ ਕਿ ਵੀਰ ਵੂਰ ਪੀ ਲੈਂਦੇ ਹੈ ਨਾ, ਮੈਂ ਨਹੀਂ ਡੱਕਦਾ ਕਿ ਠੀਕ ਹੈ ਜੇ ਮੈਂ ਜ਼ਿਆਦਾ ਰੁਕੂੰਗਾ ਤਾਂ ਫਿਰ ਇਹਨਾਂ ਨੂੰ ਮੈਂ ਜਿਹੜਾ ਬੰਦਾ ਕਿਸੇ ਨੂੰ ਜ਼ਿਆਦਾ ਡੱਕਦਾ ਨਾ ਫਿਰ ਉਹ ਮਾੜਾ ਲੱਗਣ ਡਿਆ ਪੈਂਦਾ। ਪਰ ਇੰਨੀ ਕੁ ਮੇਰੀ ਮੰਨਦੇ ਮੈਨੂੰ ਪੁੱਛ ਕੇ ਕਿ ਭਾਅ ਜੀ ਅੱਜ ਕਰ ਲਈਏ ਮਹੀਨਾ ਡੇਢ ਮਹੀਨੇ ਦੋ ਮਹੀਨੇ ਬਾਅਦ ਕਿਤੇ ਹੋਇਆ ਇੱਕ ਅੱਧੀ ਯਾਰ ਫੰਕਸ਼ਨ ਕਰ ਲਿਆ ਹੈ ਨਾ, ਉਹ ਵੀ ਲਿਮਿਟ ਹੁੰਦੀ ਕਿਸ ਚੀਜ਼ ਦੀ, ਪਰ ਮੈਂ ਇਹਨਾਂ ਨੂੰ ਉਹ ਵੀ ਚੀਜ਼ ਤੋਂ ਡੱਕਦਾ ਵਾਂ ਕਿਉਂਕਿ ਮੈਂ ਖੁਦ ਨਹੀਂ ਉਸ ਚੀਜ਼ ਕਰਦਾ, ਮੈਂ ਇਹਨਾਂ ਨੂੰ ਕਿੱਦਾਂ ਕਰਨ ਦਵਾਂ ਹੈ ਨਾ। ਤਾਂ ਹੀ ਮੈਂ ਜਿੰਮ 'ਤੇ ਲਾਏ ਆ, ਜਿੰਮ 'ਤੇ ਲੱਗੇ ਆ, ਲੱਗਣ ਤੋਂ ਬਾਅਦ ਜਦੋਂ ਬੰਦੇ ਦਾ ਸਰੀਰ ਮਾੜਾ ਮਾੜਾ ਬਣ ਜਾਂਦਾ ਬੰਦੇ ਨੂੰ ਫਿਰ ਡਰ ਹੁੰਦਾ ਕਿ ਯਾਰ ਮੈਂ ਮਾੜੀ ਚੀਜ਼ ਨਹੀਂ ਖਾਣੀ। ਤੋ ਮਾ ਨਸ਼ਾ ਕੋਈ ਵੀ ਹੈ ਯਾਰ ਮਾੜਾ, ਭਾਵੇਂ ਬੀਅਰ ਬੀਅਰ ਤੋਂ ਕੰਮ ਸ਼ੁਰੂ ਹੁੰਦਾ, ਸਿੱਧੀ ਜੀ ਗੱਲ ਹੈ ਹੈ ਨਾ। ਇਹ ਇੱਥੇ ਮਾੜਾ ਜੀ ਕੋਈ ਟੈਨਸ਼ਨ ਹੁੰਦੀ ਹੈ, ਮਤਲਬ ਇੱਥੇ ਆਮ ਹੀ ਨਾਲ ਦੀਆਂ ਤੋਂ ਰੱਟਾ ਪੈਂਦਾ, ਹਾਂ ਵੀ ਸਹੇਲੀ ਛੱਡ ਗਈ ਆ, ਸਮਾਨ ਲਾ ਲਿਆ ਹੈ ਨਾ, ਬੀਅਰ ਪੀ ਲਈ, ਜੇ ਕਰ ਲਿਆ ਵੋ ਕਰ ਲਿਆ, ਉਹ ਚੀਜ਼ਾਂ ਕਰਕੇ ਬੰਦਾ ਫਿਰ ਗਾਂਹ ਦੀ ਗਾਂਹ ਹੋਰ ਬਾਡਾ ਜੀ ਪੜ ਜਾਂਦਾ। ਤਾਂ ਕਰਕੇ ਆ ਕਿ ਇਹਨਾਂ ਕੰਮਾਂ ਤੋਂ ਦੂਰ ਰਹਿਣਾ, ਨਸ਼ਾ ਤਾਂ ਬਿਲਕੁਲ ਨਹੀਂ ਕਰਨਾ, ਵਿਕਣ ਵਾਲੇ ਹਟਣਾ ਨਹੀਂ, ਸਿੱਧੀ ਜੀ ਗੱਲ ਹੈ, ਮੈਂ ਤੁਹਾਨੂੰ ਕਹਿੰਦਾ ਵਿਕਣ ਵਾਲੇ ਹਟ ਨਹੀਂ ਸਕਦਾ, ਇਹਦੇ ਪਿੱਛੇ ਬੜੀਆਂ ਤਗੜੀਆਂ ਤਗੜੀਆਂ ਚੀਜ਼ਾਂ ਬੈਠੀਆਂ ਵਾ ਹੈ ਨਾ, ਵਿਕਣ ਨਹੀਂ ਹਟਣਾ ਇਹ, ਬਸ ਇੱਕ ਆਪਾਂ ਕਰਨੋਂ ਹਟ ਜਾਈਏ, ਇਹ ਤਾਂ ਆਪਣੇ ਹੱਥ ਬਸ ਆ ਨਾ, ਹੈ ਨਾ। ਆਪਾਂ ਕਹਿ ਦਿੰਦੇ ਆਮ ਹੀ, ਤੁਸੀਂ ਖਬਰਾਂ ਵਹਿੰਦੇ ਹੋ ਗਏ ਕਿ ਵੀਡੀਓ ਵਹਿੰਦੇ ਹੋ ਗਏ, ਹਾਂ ਵੀ ਇੱਥੇ ਚਿੱਟਾ ਵਿਕਦਾ ਜੇ ਉਹ ਪੀਂਦੇ ਤਾਂ ਆਪਣੇ ਬੰਦੇ ਹੀ ਆ, ਫੜ ਕੇ ਦਿੰਦੇ ਤੁਹਾਡੇ ਘਰੇ ਦੇ ਜਾਂਦੇ ਹੈ ਨਾ। ਇਹ ਤਾਂ ਆਪਾਂ ਨੂੰ ਆਪ ਨੂੰ ਕਸ਼ਟ ਕਰਨਾ ਪੈਣਾ, ਜਿਹੜੇ ਆਪਣੇ ਬੰਦੇ ਪੀਂਦੇ ਆ ਜਾਂ ਪੀਣ ਦੀ ਕੋਸ਼ਿਸ਼ ਕਰਦੇ, ਜਾਂ ਤੁਹਾਨੂੰ ਲੱਗਦਾ ਕਿ ਹਾਂ ਵੀ ਸੰਗਤ ਦਾ ਬੜਾ ਫਰਕ ਪੈਂਦਾ ਆ ਹੈ ਨਾ। ਹੁਣ ਜੇ ਮੈਂ ਇਹਨਾਂ ਸਾਰਿਆਂ ਤੋਂ ਮਤਲਬ ਕਿ ਵੱਡਾ ਵਾਂ, ਜੇ ਮੈਂ ਮਤਲਬ ਨਸ਼ਾ ਕਰੂੰਗਾ ਤਾਂ ਮੇਰਾ ਵੇਖ ਕਹਿੰਦਾ ਲੱਗਣਾ ਹੀ ਲੱਗਣਾ ਵਾ ਕਿ ਯਾਰ ਭਾਜੀ ਕਰਨ ਡਿਆ ਵਾ, ਫਿਰ ਕਿਹੜੀ ਗੱਲ ਉਹਨੂੰ ਕੀ ਹੋ ਗਿਆ, ਅਸੀਂ ਵੀ ਕਰ ਲੈਂਦੇ ਹਾਂ। ਤਾਂ ਕਰਕੇ ਸੰਗਤ ਵੀ ਮੈਟਰ ਕਰਦੀ ਆ ਚੰਗੇ ਬੰਦਿਆਂ ਨਾਲ, ਉਹ ਜਿਹੜੇ ਚੀਜ਼ ਨਹੀਂ ਕਰਦੇ, ਜਿਹੜੇ ਬੰਦੇ ਕਰਦੇ ਆ ਤਾਂ ਉਹਨਾਂ ਦੇ ਨਾਲ ਤੁਸੀਂ ਮੰਨ ਲਓ ਨਹੀਂ ਵੀ ਕਰਦੇ, ਨਾਲ ਉਹਨਾਂ ਨਾਲ ਵੇਖ ਕੇ ਕਿਤੇ ਨਾ ਕਿਤੇ ਹੱਟਦੇ ਫਾਈਟ ਪੈਣਾ, ਯਾਰ ਉਹ ਕਰਨ ਡਿਆ ਵਾ ਕੋਈ ਨਹੀਂ, ਇੱਕ ਦਿਨ ਮੈਨੂੰ ਕਿਉਂ ਲੱਗਾ। ਸੋ ਮੇਰੀ ਜਾਣ ਇਹਨਾਂ ਚੀਜ਼ਾਂ ਤੂੰ ਰਹਿਣਾ ਵਾ, ਜ਼ਿੰਦਗੀ ਬੜੀ ਸੋਹਣੀ ਹੈ ਅਤੇ ਹੈਗੀ ਜ਼ਿੰਦਗੀ ਛੋਟੀ ਜਿਹੀ ਆ, ਘੜੀ ਦਾ ਨਹੀਂ ਪਤਾ ਕਿਸੇ ਨੂੰ ਕੀ ਹੋ ਜਾਣਾ ਵਾ, ਤਾਂ ਕਰਕੇ ਇੰਜੋਏ ਕਰਿਆ ਕਰੋ ਅਤੇ ਈਰਖਾ ਬਾਜ਼ ਨਹੀਂ ਕਿਸੇ ਨਾਲ ਰੱਖਣੀ ਹੈ ਨਾ। ਜਿਹੜਾ ਤੁਹਾਡੇ ਨਾਲ ਵਧੀਆ ਉਹਦੇ ਨਾਲ ਰਹੋ, ਜਿਹੜਾ ਤੁਹਾਨੂੰ ਪਤਾ ਲੱਗਦਾ ਨਹੀਂ ਤੁਹਾਡੇ ਨਾਲ ਵਧੀਆ, ਦਫ਼ਾ ਕਰੋ ਉਹਨੂੰ। ਅਤੇ ਬਾਕੀ ਮਿਲਦੇ ਹਾਂ ਜਾਣੇ, ਮੇਰੀ ਗੱਲਾਂ ਬਾਤਾਂ ਜੇ ਕਰਨ ਡੇ ਪਿਆ ਤਾਂ ਫਿਰ ਭਾਵੇਂ ਘੰਟੇ ਦਾ ਵਲੋਗ ਹੈ, ਇੱਥੋਂ ਗਾੜੀ ਭਾਵੇਂ ਬਣ ਜੇ, ਗੱਲਾਂ ਬਾਤਾਂ ਨਹੀਂ ਮੁੱਕਰੀਆਂ। ਅਤੇ ਮਿਲਦੇ ਕੱਲ੍ਹ ਨਵੇਂ ਵਲੋਗ ਦੇ ਨਾਲ, ਅਤੇ ਜਿਹੜਾ ਵਲੋਗ ਵੇਖਿਆ ਉਹਨੂੰ ਲਾਈਕ ਕਰ ਦਿਓ ਅਤੇ ਘੈਂਟ ਜਿਹਾ ਕਮੈਂਟ ਕਰ ਦਿਓ, ਘੈਂਟ ਜਿਹਾ ਵੀ ਨਹੀਂ, ਜਿੱਦਾਂ ਤੁਹਾਨੂੰ ਵਲੋਗ ਵੇਖ ਕੇ ਲੱਗਾ ਨਾ, ਜੇ ਤੁਹਾਨੂੰ ਕੋਈ ਲੱਗਦੀ ਆ ਚੀਜ਼ ਘਰ ਦਾ ਵਗੈਰਾ ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਕਈ ਵੀਰ ਭਰਾ ਸਲਾਹ ਦੇ ਜਾਂਦੇ ਕਿ ਆਹ ਕੰਮ ਇੱਦਾਂ ਨਹੀਂ ਇੱਦਾਂ ਕਰਾਓ ਹੈ ਨਾ, ਤੁਹਾਨੂੰ ਸਹੀ ਲੱਗਦਾ ਅਤੇ ਜਿੱਦਾਂ ਤੁਹਾਡੀ ਸੋਚ ਆ ਹੈ ਨਾ, ਆਪਾਂ ਨਹੀਂ ਕੁਝ ਕਹਿ ਸਕਦੇ ਇਹ ਪ੍ਰਤੀ ਹੈ ਨਾ। ਬਾਕੀ ਆਪਣੇ ਨਾਲ ਜਿੰਨੇ ਭਰਾ ਜੁੜੇ ਸਾਰੇ ਵਧੀਆ ਜੁੜੇ ਆ, ਦਿਲੋਂ ਧੰਨਵਾਦ ਮੇਰੀ ਜਾਣ, ਤੁਸੀਂ ਟਾਈਮ ਕੱਢਦੇ ਜੇ ਹੈ ਵਲੋਗ ਪੈਂਦੇ ਜੀ, ਅਸੀਂ ਟਾਈਮ ਕੱਢ ਕੇ ਬਣਾ ਲਈਦਾ, ਪਰ ਮੈਂ ਸੱਚੀ ਦੱਸਾਂ ਨਾ ਬੜਾ ਔਖਾ ਕੰਮ ਜੇ, ਆਹ ਸਾਜ ਨੂੰ ਸਾਜ ਨੇ ਬਣਾਉਣੇ ਸ਼ੁਰੂ ਕੀਤੇ ਨਾ, ਉਹਨੂੰ ਪੁੱਛ ਕੇ ਵੇਖਿਓ ਕਿ ਵਲੋਗ ਬਣਾਉਣਾ ਕਿੰਨਾ ਕੁ ਕਿ ਸੌਖਾ ਕੰਮ ਕਿ ਔਖਾ ਕੰਮ ਹੈ ਹੈ ਨਾ। ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਅਤੇ ਔਖਾ ਕੰਮ ਹੈ। ਅਤੇ ਬਾਕੀ ਮਿਲਦੇ ਜਾਣ ਮੇਰੀਏ ਕੱਲ੍ਹ ਨੂੰ, ਬਾਏ ਬਾਏ, ਜਿਹਦੇ ਵਾਸਤੇ ਰਹੋ ਤਾਂ ਨਜ਼ਾਰੇ ਲਓ, ਮਿਲਦੇ ਹਾਂ।